ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡਾ ਫਾਇਰ ਲਾਈਨ ਦੇ ਵਿੱਚ ਔਰ ਸਭ ਤੋਂ ਪਹਿਲਾਂ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਨਵੰਬਰ ਦੇ ਬਾਰੇ ਦੇ ਵਿੱਚ ਕਰਾਂਗੇ। ਇੱਕ ਗਜ਼ਲ ਦੇ ਕੁਝ ਸ਼ੇਰ ਨੇ ਕਿ ਰੁੱਖਾਂ ਨੂੰ ਆਰੀ ਫੇਰਨਾ ਡਿੱਗਣਗੇ ਆਲਣੇ, ਚਿੜੀਆਂ ਨੇ ਕਿਸ ਜਗ੍ਹਾ ਨੇ ਫਿਰ ਵੋਟ ਪਾਲਣੇ, ਰੋਟੀ ਸਿਆਸਤਦਾਨ ਨੇ ਹਰ ਹਾਲ ਸੇਕਣੀ, ਸਾਡੇ ਹੀ ਪੁੱਤਰ ਵੀਰ ਉਸ ਚੁੱਲ੍ਹੇ 'ਚ ਬਾਲਣੇ। ਜੋ ਸਿਆਸਤਦਾਨਾਂ ਨੇ ਕੀਤਾ, ਜੋ ਸਿਆਸਤਦਾਨ ਕਰਦੇ ਰਹੇ ਨੇ ਅਤੇ ਜੋ ਸਿਆਸਤਦਾਨ ਕਰ ਰਹੇ ਨੇ, ਉਹ ਇਸ ਤਰ੍ਹਾਂ ਦੀ ਪੀੜਾ ਹੈ ਜਿਹੜੀ ਕਿ 34 ਸਾਲ ਬੀਤਣ ਤੋਂ ਬਾਅਦ ਅੱਜ ਵੀ ਉਹ ਜ਼ਖਮ ਜਿਹੜੇ ਆ ਇੱਕ ਮਲਮ ਦੇ ਫੰਬੇ ਦੇ ਵਾਸਤੇ ਉਹਨੂੰ ਤਰਸ ਰਹੇ ਆ। ਅੱਜ ਸਵਾਲ ਜਿਹੜਾ ਸਭ ਤੋਂ ਵੱਡਾ ਇਹ ਖੜ੍ਹਾ ਹੁੰਦਾ ਜਦੋਂ ਨਵੰਬਰ ਮਹੀਨਾ ਆਉਂਦਾ ਕਿ ਕੀ ਇਹਦਾ ਇਨਸਾਫ ਮਿਲੂਗਾ, ਉਹਦੇ ਦੌਰਾਨ ਕੀ ਹੁੰਦਾ। ਪੂਰੇ ਸਾਲ ਦੇ ਦੌਰਾਨ ਤਕਰੀਬਨ ਜਿਹੜੀਆਂ ਸਿਆਸੀ ਪਾਰਟੀਆਂ ਉਹ ਭੁੱਲੀ ਰੱਖਦੀਆਂ ਨੇ ਇਹਨਾਂ ਦਿਨਾਂ ਨੂੰ। ਜਦੋਂ ਨਵੰਬਰ ਮਹੀਨਾ ਆਉਂਦਾ ਉਹ ਉਹਦੇ ਵਿੱਚ ਇੱਕ ਵਾਰੀ ਫਿਰ ਆਪਣਾ ਡਰਾਮਾ ਜਿਹੜਾ ਉਹ ਕਰਦੀਆਂ ਨੇ, ਔਰ ਉਹਦੇ 'ਚ ਫਰਕ ਸਿਰਫ ਇਹ ਪਿਆ ਹੁੰਦਾ ਕਿ ਇੱਕ ਸਾਲ ਹੋਰ ਜੁੜ ਜਾਂਦਾ। ਹੁਣ 30 ਸਾਲ ਹੋ ਗਏ, ਹੁਣ 31 ਸਾਲ ਹੋ ਗਏ, 32 ਹੋ ਗਏ, ਹੁਣ 33 ਹੋ ਗਏ, ਕਿ ਹੁਣ 34 ਜਿਹੜੇ ਉਹ ਗਿਣਨੇ ਸ਼ੁਰੂ ਕਰਤੇ। ਇਸ ਤੋਂ ਬਿਨਾਂ ਹੋਰ ਨਾ ਕਿਸੇ ਨੂੰ ਕੋਈ ਯਾਦ ਆਉਂਦਾ ਅਤੇ ਨਾ ਕੁਛ ਇਹਦੇ ਵਾਸਤੇ ਕਰਨਾ ਚਾਹੁੰਦਾ, ਕਿਉਂਕਿ ਇਹ ਇਸ ਤਰ੍ਹਾਂ ਦਾ ਜਿਹੜਾ ਜੀ ਉਹ ਸਿਆਸਤਦਾਨਾਂ ਨੇ ਬਣਾ ਕੇ ਰੱਖਿਆ ਹੋਇਆ ਜਿੰਨ ਟਾਈਪ ਦਾ ਕਿ ਜਦੋਂ ਇਲੈਕਸ਼ਨਾਂ ਆਈਆਂ, ਜਦੋਂ ਨਵੰਬਰ ਮਹੀਨਾ ਆਇਆ ਉਦੋਂ ਇਹਨੂੰ ਕੱਢ ਲਓ, ਉਸ ਤੋਂ ਬਾਅਦ ਭੁੱਲ ਭੁਲਾ ਜਾਓ। ਕੁਛ ਉਹ ਲੋਕ ਵੀ ਸਿਆਸਤ ਕਰਦੇ ਕੱਲ੍ਹ ਦੇਖੇ ਗਏ ਜਿਹੜੇ ਸੇਮ ਡੇਜ਼ ਦੇ ਉੱਤੇ ਪਿਛਲੇ ਦਿਨੀ ਜਦੋਂ ਉਹ ਪਾਵਰ ਦੇ ਵਿੱਚ ਸਨ ਤਾਂ ਉਹ ਮੁੰਬਈ ਤੋਂ ਲਿਆ ਕੇ ਨਚਾਰ ਜਿਹੜੇ ਸੀਗੇ ਉਹਨਾਂ ਦੀ ਇੱਥੇ ਨੁਮਾਇਸ਼ ਕਰਦੇ ਸਨ ਪੰਜਾਬ ਦੇ ਵਿੱਚ ਕਬੱਡੀ ਦੇ ਨਾਮ ਦੇ ਉੱਤੇ। ਦਿਨ ਉਦੋਂ ਵੀ ਇਹੀ ਸਨ, ਦੁੱਖ ਉਦੋਂ ਵੀ ਇਸੇ ਤਰ੍ਹਾਂ ਦਾ ਸੀ। ਅੱਜ ਦੇ ਫਾਇਰ ਲਾਈਨ ਦੇ ਵਿੱਚ ਅਸੀਂ ਜਿਨ੍ਹਾਂ ਨੂੰ ਸੱਦਾ ਦਿੱਤਾ ਉਹ ਕੋਈ ਰਾਜਸੀ ਆਗੂ ਨਹੀਂ, ਉਹ ਕੋਈ ਧਾਰਮਿਕ ਆਗੂ ਨਹੀਂ, ਉਹ ਇੱਕ ਵਿਕਟਮ ਨੇ ਇਸ 1984 ਦੇ ਸਿੱਖ ਕਤਲੇਆਮ ਦੇ। ਉਹ ਇਹ ਸੱਜਣ ਨੇ ਸਾਡੇ ਅੱਜ ਸਟੂਡੀਓ ਦੇ ਵਿੱਚ ਜਿਨ੍ਹਾਂ ਨੇ ਆਪਣੇ ਘਰ ਦੇ 2 ਜੀ ਗਵਾਏ ਨੇ। ਔਰ ਜਿਵੇਂ ਇਹ ਕਿਹਾ ਜਾਂਦਾ ਕਿ ਜਿਹੜੇ ਲੋਕ ਉਦੋਂ ਉੱਜੜ ਗਏ ਵਿਚਾਰੇ ਉੱਥੋਂ, ਉਹ ਅੱਜ ਤੱਕ ਵਸੇ ਨਹੀਂ। ਉਹਦੇ ਕਈ ਜਿਹੜੇ ਪਹਿਲੂ ਨੇ ਨਾ ਵਸਣ ਦੇ, ਪੈਸਾ ਸਾਰਾ ਕੁਛ ਨਹੀਂ ਹੁੰਦਾ, ਬਿਜ਼ਨਸ ਸਾਰਾ ਕੁਛ ਨਹੀਂ ਹੁੰਦਾ, ਪਰ ਜਿਹੜਾ ਇੱਕ ਅੰਦਰ ਉਹਨਾਂ ਦੇ ਚੱਲਦਾ ਜਿਨ੍ਹਾਂ ਨੇ ਜਿਉਂਦਿਆਂ ਸੜਦਿਆਂ ਵੇਖਿਆ ਆਪਣੇ ਪਰਿਵਾਰਾਂ ਦੇ ਮੈਂਬਰਾਂ ਨੂੰ, ਮਰਦਿਆਂ ਦੇਖਿਆ ਬਿਨਾਂ ਕਿਸੇ ਕਸੂਰ ਤੋਂ, ਉਹ ਲੋਕ ਭਲਾ ਕਿਵੇਂ ਸੈਟਲ ਹੋ ਸਕਦੇ ਆ? ਸ਼ਾਇਦ ਨਹੀਂ। ਇਸੇ ਤਰ੍ਹਾਂ ਦੇ ਪਰਿਵਾਰ ਦੇ ਇੱਕ ਮੈਂਬਰ ਸਾਡੇ ਨਾਲ ਸਟੂਡੀਓ ਦੇ ਵਿੱਚ ਨੇ, HS ਕੋਹਲੀ ਸਾਹਿਬ। ਕੋਹਲੀ ਸਾਹਿਬ, ਪਹਿਲਾਂ ਤਾਂ ਪ੍ਰੋਗਰਾਮ 'ਚ ਜੀ ਆਇਆਂ ਨੂੰ ਮੈਂ ਬਹੁਤ ਤੁਹਾਡਾ ਧੰਨਵਾਦੀ ਹਾਂ, ਤੁਸੀਂ ਆਏ। ਇਹ ਉਹ ਜ਼ਖਮ ਨੇ ਜਿਨ੍ਹਾਂ ਦਾ ਜ਼ਿਕਰ ਕਰਦਿਆਂ ਜਿਹੜਾ ਕੋਈ ਵੀ ਉਹਦਾ ਗਲ ਭਰ ਜਾਂਦਾ ਕਿ ਇੱਦਾਂ ਵੀ ਹੋ ਸਕਦਾ ਹੈ। ਅਸੀਂ ਉਹ ਲੋਕ ਆ ਜਿਨ੍ਹਾਂ ਨੇ ਇਹ ਵੇਖਿਆ ਸੁਣਿਆ ਨੇੜੇ ਤੋਂ। ਕਈ ਵਾਰੀ ਇਉਂ ਲੱਗਦਾ ਹੁੰਦਾ ਕਿ ਇਹ ਜਨਰੇਸ਼ਨ ਜਦੋਂ ਮੁੱਕ ਜਾਊਗੀ ਸ਼ਾਇਦ ਉਹ ਲਫ਼ਜ਼ ਨਹੀਂ ਹੋਣਗੇ ਅਗਲੀ ਜਨਰੇਸ਼ਨ ਦੇ ਕੋਲ ਦੱਸਣ ਦੇ ਵਾਸਤੇ ਕਿ ਇਹ ਹੋਇਆ ਕੀ ਸੀਗਾ ਅਸਲ ਦੇ ਵਿੱਚ। ਸਵਾਲ ਇਹੀ ਸਭ ਤੋਂ ਵੱਡਾ ਜੀ ਕਿ ਕੀ ਹੋ ਗਿਆ ਉਦੋਂ, ਕੀ ਕੁਛ ਤੁਸੀਂ ਜਿਹੜਾ ਜੀ ਉਹ ਦੇਖਿਆ, ਤੁਹਾਡੇ ਘਰ ਦੇ ਉੱਤੇ ਕੌਣ ਲੋਕ ਆ ਕੇ ਪਏ, ਕੀ ਉਦੋਂ ਸਮਾਂ ਸੀਗਾ ਔਰ ਕਿੰਨਾ ਤੁਸੀਂ ਨੁਕਸਾਨ ਉਹਦੇ ਵਿੱਚ ਕਰਾਇਆ? ਮੈਨੂੰ ਪਤਾ ਤੁਹਾਡੇ 2 ਪਰਿਵਾਰ ਦੇ ਮੈਂਬਰ ਇਸ ਸਭ ਕਾਸੇ ਦੀ ਜਿਹੜੇ ਜੀ ਉਹ ਭੇਂਟ ਚੜ੍ਹੇ। ਕਸੂਰ ਸਿਰਫ ਉਹਨਾਂ ਦਾ ਇਹ ਕਿ ਉਹਨਾਂ ਦੀ ਆਈਡੈਂਟੀ ਵੱਖਰੀ ਹੈ, ਉਹਨਾਂ ਦੀ ਦਿੱਖ ਵੱਖਰੀ ਹੈ, ਹੋਰ ਕੋਈ ਕਿਸੇ ਕਿਸਮ ਦਾ ਉਹਨਾਂ ਦਾ ਕਸੂਰ ਨਹੀਂ। ਇਹ ਉਹ ਟਾਈਮ ਸੀ ਜਦੋਂ ਇਨਸਾਨ ਨੇ ਇਨਸਾਨ ਨੂੰ ਮਾਰਿਆ। ਮਰਨ ਵਾਲੇ ਤਾਂ ਇਨਸਾਨ ਸੀਗੇ, ਮਾਰਨ ਵਾਲੇ ਸ਼ਾਇਦ ਇਨਸਾਨ ਨਹੀਂ ਸੀਗੇ ਜੀ, ਉਹ ਹੈਵਾਨ ਸੀਗੇ। ਕੀ ਕੋਹਲੀ ਸਾਹਿਬ ਉਦੋਂ ਤੁਸੀਂ ਦੇਖਿਆ ਜੀ, ਥੋੜ੍ਹਾ ਜਿਹਾ ਪਹਿਲਾਂ ਦੱਸਣਾ ਚਾਹੋ, ਉਦੋਂ ਬਾਅਦ ਆਪਾਂ ਸਾਰਾ ਕੁਛ ਕਰਦੇ ਹਾਂ ਕਿ 34 ਸਾਲਾਂ 'ਚ ਹੋਇਆ ਕੀ? 31 ਤਰੀਕ ਇੰਦਰਾ ਗਾਂਧੀ ਮਰੀ, ਅਕਤੂਬਰ, ਅਤੇ 1 ਨਵੰਬਰ ਨੂੰ DTC ਦੀਆਂ 2 ਬੱਸਾਂ ਆਈਆਂ, ਉਹਦੇ ਵਿੱਚ ਅੰਦਰ ਵੀ ਅਤੇ ਛੱਤ ਦੇ ਉੱਤੇ ਵੀ ਲੋਕ ਡੰਡੇ ਸਰੀਏ ਲੈ ਕੇ ਉੱਥੇ ਮੋਹਨ ਗਾਰਡਨ ਗੁਰਦੁਆਰੇ ਦੇ ਨਜ਼ਦੀਕ ਉਹ ਬੱਸਾਂ ਰੁਕੀਆਂ, ਉਹਨਾਂ 'ਚੋਂ ਬੰਦੇ ਉਤਰੇ ਔਰ 1-2 ਮਿੰਟ ਬਾਅਦ ਹੀ 2 ਕਾਰਾਂ ਆਈਆਂ, ਜਿਨ੍ਹਾਂ ਦੇ ਵਿੱਚੋਂ ਸੱਜਣ ਕੁਮਾਰ ਜਿਹੜਾ ਕਿ ਸਾਡੇ ਇਲਾਕੇ ਦਾ MP ਸੀਗਾ, ਔਰ ਉਹਨੂੰ ਮੈਂ ਇਸ ਕਰਕੇ ਵੀ ਬੜਾ ਜਾਣਦਾ ਸੀਗਾ ਕਿ ਜਦੋਂ ਵੀ ਵੋਟਾਂ ਹੁੰਦੀਆਂ ਸੀ ਮੇਰੇ ਫਾਦਰ ਜਿਹੜੇ ਕਾਂਗਰਸ ਨੂੰ ਸਪੋਰਟ ਕਰਦੇ ਸੀਗੇ ਅਤੇ ਉਹ ਸਾਡੇ ਘਰ ਆਉਂਦਾ ਹੁੰਦਾ ਸੀਗਾ ਵੀ ਚਲੋ ਜੀ ਮੇਰੇ ਨਾਲ
ਫਲਾਣੀ ਜਗ੍ਹਾ ਜਾਣਾ, ਫਲਾਣੀ ਜਗ੍ਹਾ ਜਾਣਾ, ਫਲਾਣੀ ਜਗ੍ਹਾ ਜਾਣਾ, ਨਾਲ ਹੀ ਹੋਰ 5-7 ਬੰਦੇ, 2 ਕਾਰਾਂ ਸੀਗੇ, ਉਹ ਉਤਰੇ ਸੱਜਣ ਕੁਮਾਰ ਦੇ ਨਾਲ ਹੀ। ਔਰ ਉਹ ਭੀੜ ਜਿਹੜੀ ਉੱਥੇ ਖੜ੍ਹੀ ਸੀ, ਸੱਜਣ ਕੁਮਾਰ ਉਸ ਭੀੜ ਕੋਲ ਪਹੁੰਚ ਗਏ ਅਤੇ ਭੀੜ ਚਾਰੋਂ ਪਾਸੋਂ ਗੋਲਧਾਰਾ ਪਾ ਕੇ ਅਤੇ ਉਹਨਾਂ ਦੀਆਂ ਗੱਲਾਂ ਸੁਣਨ ਲੱਗ ਗਈ। ਮੈਂ ਸੜਕ ਦੇ ਦੂਸਰੇ ਪਾਸੇ ਇੱਕ ਚਾਰਦੁਆਰੀ ਦੇ ਪਿੱਛੇ ਖੜ੍ਹਾ ਹੋ ਕੇ ਦੇਖ ਰਿਹਾ ਸੀ। ਉਹਦਾ ਕਾਰਨ ਇਹ ਸੀਗਾ ਕਿ ਪਿੱਛੋਂ ਅੱਗਾਂ ਲੱਗੀਆਂ ਹੋਈਆਂ ਸੀ, ਧੂੰਏ ਨਿਕਲ ਰਹੇ ਸੀ, ਦੂਰੋਂ ਨਜ਼ਰ ਆ ਰਹੇ ਸੀ, ਇਸ ਕਰਕੇ ਅਸੀਂ ਛਿਪ ਕੇ ਦੇਖ ਰਹੇ ਸੀ। ਤੁਹਾਨੂੰ ਪਤਾ ਲੱਗ ਗਿਆ ਸੀ ਵੀ ਇਹ ਅਟੈਕ ਸਿੱਖਾਂ ਦੇ ਉੱਤੇ ਹੋ ਰਹੇ? ਇਸ ਤਰ੍ਹਾਂ ਜੀ, ਸਾਨੂੰ ਪਤਾ ਇਸ ਕਰਕੇ ਲੱਗ ਗਿਆ ਸੀ ਕਿ ਜਦੋਂ ਮੈਂ ਸਵੇਰੇ 7:30 ਵਜੇ ਉੱਠਿਆ ਅਤੇ ਸਰਦੀਆਂ ਦੇ ਦਿਨ ਸੀ, ਲਗਭਗ 7:30-8 ਵਜੇ ਦੇ ਕਰੀਬ ਕਰੀਬ ਥੋੜ੍ਹੀ ਰੋਸ਼ਨੀ ਹੋਈ, ਰੋਸ਼ਨੀ ਹੋਈ ਤਾਂ ਦੇਖਿਆ ਦੂਰੋਂ ਦੂਰੋਂ ਧੂੰਏ ਨਿਕਲ ਰਹੇ, ਬੜੀ ਦੂਰ ਉੱਚੇ ਉੱਚੇ ਧੂੰਏ ਨਿਕਲ ਰਹੇ ਹੈਗੇ। ਮੇਰਾ ਘਰ ਸੜਕ ਤੋਂ ਸਿਰਫ 10 ਮੀਟਰ ਦੂਰ ਸੀਗਾ, 15 ਮੀਟਰ ਦੂਰ ਸੀ। ਮੈਂ ਉੱਠ ਕੇ ਸੜਕ 'ਤੇ ਗਿਆ। ਉਸ ਟਾਈਮ ਜਿਹੜਾ ਮੋਟਰਸਾਈਕਲ 2-ਵੀਲਰ ਹੁੰਦੇ ਸੀ ਅਤੇ ਸਾਈਕਲਾਂ ਹੀ ਹੁੰਦੀਆਂ ਸੀ, ਜਿਹੜੇ ਲੋਕ ਉੱਧਰੋਂ ਆ ਰਹੇ ਸੀ ਉਹਨਾਂ ਨੂੰ ਪੁੱਛਿਆ ਵੀ ਇਹ ਕਿਸ ਚੀਜ਼ ਦੇ ਧੂੰਏ ਹੈਗੇ? ਕਹਿੰਦੇ ਸਰਦਾਰ ਜੀ ਤੁਸੀਂ ਆਪਣੇ ਘਰ ਚੱਲ ਜਾਓ, ਸਰਦਾਰਾਂ ਦੇ ਘਰਾਂ ਨੂੰ ਜਲਾਇਆ ਜਾ ਰਿਹਾ, ਸਰਦਾਰਾਂ ਦੀਆਂ ਗੱਡੀਆਂ ਨੂੰ ਜਲਾਇਆ ਜਾ ਰਿਹਾ, ਉਹਨਾਂ ਦੇ ਦੁਕਾਨਾਂ ਨੂੰ ਜਲਾਇਆ ਜਾ ਰਿਹਾ, ਤਾਂ ਤੁਸੀਂ ਰੋਡ ਤੋਂ ਆਪਣੇ ਘਰ ਚਲੇ ਜਾਓ। ਕੋਲੀ ਸਾਹਿਬ ਜਿਹੜੇ ਦੱਸਦੇ ਸੀ ਲੋਕ, ਹਾਂਜੀ, ਉਹ ਕੌਣ ਸੀ? ਉਹ ਸਰਦਾਰ ਸੀ ਜਾਂ ਉਹ ਲੋਕਲ? ਨਹੀਂ, ਉਹ ਲੋਕਲ ਜਿਹੜੇ ਪਿੱਛੋਂ ਸਾਈਕਲ ਤੇ ਸਕੂਟਰਾਂ ਤੇ ਆ ਰਹੇ ਸੀ, ਦੁੱਧੀ, ਉਹਦੇ ਚ ਦੁੱਧੀ ਵੀ ਸੀਗੇ ਜਿਹੜੇ ਦੁੱਧ ਲੈ ਕੇ ਆ ਦੇਣ ਜਾਂਦੇ ਹੈਗੇ। ਮੈਂ ਇੱਕ ਦੁੱਧੀ ਨੂੰ ਹੀ ਪੁੱਛਿਆ ਜਿਹੜਾ ਉਧਰੋਂ ਆ ਰਿਹਾ ਸੀਗਾ ਵੀ ਇਹ ਕਿਸ ਚੀਜ਼ ਦੇ ਹੈਗੇ? ਉਹਨੇ ਦੱਸਿਆ ਵੀ ਇਸ ਤਰ੍ਹਾਂ ਅੱਗਾਂ ਲਗਾਈਆਂ, ਸਰਦਾਰਾਂ ਨੂੰ ਮਾਰ ਰਹੇ ਹੈਗੇ, ਸਰਦਾਰਾਂ ਦੇ ਘਰ ਅਦਾਰੇ ਬੱਸਾਂ ਟਰੱਕਾਂ ਕਾਰਾਂ ਸਭ ਜਲਾ ਰਹੇ ਹੈਗੇ ਅਤੇ ਤੁਸੀਂ ਆਪਣੇ ਘਰ ਚਲੇ ਜਾਓ। ਮੈਂ ਆਪਣੇ ਘਰ ਜਾ ਕੇ ਆਪਣੇ ਫਾਦਰ ਨੂੰ ਦੱਸਿਆ ਅਤੇ ਉਹਨਾਂ ਨੇ ਵੀ ਆਪਣੇ ਘਰ ਦੇ ਛੱਤ 'ਤੇ ਚੜ੍ਹ ਕੇ ਦੇਖਿਆ ਦੂਰੋਂ ਦੂਰੋਂ ਕਾਲੇ ਧੂੰਏ ਜਿਹੜੇ ਨਜ਼ਰ ਆ ਰਹੇ। ਅਤੇ ਉਹ ਸੱਜਣ ਕੁਮਾਰ ਜਦੋਂ ਉੱਥੇ ਆਇਆ ਗੋਲਧਾਰਾ ਪਾ ਕੇ, ਤੁਸੀਂ ਉਹਦੇ ਚਸ਼ਮਦੀਦ ਗਵਾਹ? ਚਸ਼ਮਦੀਦ ਗਵਾਹ ਹਾਂ। ਔਰ ਉਹਦੇ ਹੁੰਦਿਆਂ ਹੀ ਜਿਹੜਾ ਸਾਡੇ 'ਤੇ ਵੀ ਹਮਲਾ ਹੋਇਆ, ਪਹਿਲੇ ਤਾਂ ਹਮਲਾ ਉਹਨਾਂ ਨੇ ਜਿਸ ਤਰ੍ਹਾਂ ਹੀ ਗੁਰਦੁਆਰਾ ਸਾਹਿਬ ਵੱਲ ਉਹਨੇ ਹੱਥ, ਪਹਿਲੇ ਤਾਂ ਕੁਛ ਸਕਿੰਟ ਭਾਸ਼ਣ ਦਿੱਤਾ ਉਹਨੇ, ਉਸ ਤੋਂ ਬਾਅਦ ਜਿਹੜਾ ਜਿਸ ਤਰ੍ਹਾਂ ਹੀ ਉਹਨੇ ਗੁਰਦੁਆਰਾ ਸਾਹਿਬ ਵੱਲ ਹੱਥ ਕੀਤਾ, ਸਾਰੇ ਜਿਹੜੇ DTC ਬੱਸ ਤੋਂ ਉਤਰੇ ਹੋਏ ਬੰਦੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ। ਉਹ ਬੰਦੇ ਕਦੀ ਤੁਸੀਂ ਉਸ ਏਰੀਏ ਦੇ ਵਿੱਚ, ਜਿਵੇਂ ਤੁਸੀਂ ਕਿਹਾ ਕਿ ਸੱਜਣ ਕੁਮਾਰ ਨੂੰ ਤੁਸੀਂ ਜਾਣਦੇ ਸੀ, ਉਹ ਤੁਹਾਡੇ ਘਰੇ ਵੀ ਆਉਂਦਾ ਸੀ, ਉਹਦੇ ਨਾਲ ਪਹਿਲਾਂ ਕਦੀ ਉਹ ਬੰਦੇ ਦੇਖੇ ਜਿਹੜੇ ਹਮਲਾਵਰ ਸੀ? ਇਸ ਤਰ੍ਹਾਂ ਮੈਂ ਪਹਿਲੇ ਇਹੋ ਜਿਹੀ ਭੀੜ ਆਪਣੀ ਜ਼ਿੰਦਗੀ 'ਚ ਕਦੀ ਦੇਖੀ ਨਹੀਂ, ਕਿਉਂਕਿ ਜਿਹੜੇ ਇਲਾਕੇ 'ਚ ਅਸੀਂ ਰਹਿੰਦੇ ਸੀ ਉੱਥੇ ਹਜੇ ਉਹ ਨਵਾਂ ਨਵਾਂ ਕੰਸਟਰਕਸ਼ਨ ਏਰੀਆ ਸੀਗਾ ਔਰ ਕੁਛ ਹੀ ਲੋਕ ਉੱਥੋਂ ਆਉਂਦੇ ਜਾਂਦੇ ਸੀਗੇ। ਇਹ ਭੀੜਾਂ ਤਾਂ ਲੈ ਕੇ ਆਉਂਦੀਆਂ ਗਈਆਂ ਸੀ ਪਿੱਛੋਂ DTC ਦੀ ਬੱਸ ਦੇ ਵਿੱਚ, ਇਹਦੇ ਵਿੱਚੋਂ ਮੈਂ ਉਹਨਾਂ ਨੂੰ ਉਸ ਟਾਈਮ ਨਹੀਂ ਸੀ ਜਾਣਦਾ ਕੌਣ ਹੈ ਕੌਣ ਨਹੀਂ, ਲੇਕਿਨ ਹੈ ਉਹਦੇ 'ਚ ਹਿੰਦੂ ਸੀਗੇ ਔਰ ਜਿਹੜੇ ਹੈਗੇ ਭੀੜਾਂ ਸੀਗੀਆਂ। ਬਸ ਮੈਂ ਧਰਮ ਕੀ ਕਹਾਂ, ਹਿੰਦੂ ਸੀ ਕਿ ਮੁਸਲਿਮ ਸੀ ਮੈਨੂੰ ਨਹੀਂ ਪਤਾ, ਲੇਕਿਨ ਭੀੜਾਂ ਸੀ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਸਰੀਏ ਸੀਗੇ, ਲਾਠੀਆਂ ਸੀਗੀਆਂ, ਇੱਟਾਂ ਪੱਥਰ ਸੀਗੇ। ਅਤੇ ਜਿਸ ਤਰ੍ਹਾਂ ਹੀ ਉਹਨਾਂ ਨੇ ਗੁਰਦੁਆਰਾ ਸਾਹਿਬ ਨੂੰ ਅੱਗ ਲਗਾਈ, ਅੱਗ ਲਗਾ ਕੇ ਉਹ ਥੋੜ੍ਹਾ ਜਿਹਾ ਅੱਗੇ ਗਏ, ਅਸੀਂ ਜਿਹੜੇ ਉੱਥੇ 7-8 ਫੈਮਿਲੀ ਸਿੱਖਾਂ ਦੀਆਂ ਸੀ, ਅਸੀਂ ਦੌੜ ਕੇ ਗੁਰਦੁਆਰਾ ਸਾਹਿਬ 'ਚ ਵੜੇ ਗੁਰਦੁਆਰਾ ਸਾਹਿਬ ਦੀ ਅੱਗ ਬੁਝਾਉਣ ਵਾਸਤੇ। ਜਿਸ ਤਰ੍ਹਾਂ ਅਸੀਂ ਅੱਗ ਬੁਝਾਉਣੀ ਸ਼ੁਰੂ ਕੀਤੀ, ਉਹ ਮੋਬ ਜਿਹੜਾ ਅੱਗੇ ਗਿਆ ਸੀ ਅਤੇ ਜਿਹੜੀ ਕਾਰਾਂ ਅੱਗੇ ਗਈਆਂ ਸੀ ਉਹ ਵਾਪਸ ਉੱਥੇ ਗੁਰਦੁਆਰੇ ਦੇ ਕੋਲ ਆ ਗਈਆਂ, ਉਹਨਾਂ ਨੇ ਸਾਡੇ 'ਤੇ ਅਟੈਕ ਕਰਤਾ। ਅਸੀਂ ਦੌੜਦੇ ਦੌੜਦੇ ਜਿਹੜੇ ਹੈ ਸੜਕ ਦੇ ਦੂਜੇ ਪਾਸੇ, ਗੁਰਦੁਆਰਾ ਦੂਸਰੇ ਪਾਸੇ ਸੀ, ਸਾਡਾ ਘਰ ਦੂਸਰੇ ਪਾਸੇ, ਉੱਧਰ ਨੂੰ ਦੌੜੇ। ਸਾਹਮਣੇ ਸਾਡੇ ਇੱਕ ਨਾਥ ਸਿੰਘ ਸਰਦਾਰ ਜੀ ਸੀਗੇ ਜਿਹੜੇ ਗੁਰਦੁਆਰਾ ਸਾਹਿਬ ਦੇ ਵੀ ਪ੍ਰਧਾਨ ਸੀਗੇ ਅਤੇ ਸਾਡੀ ਕਲੋਨੀ ਦੇ ਪ੍ਰਧਾਨ ਦੇ ਸੀ। ਉਹਨਾਂ ਦੀਆਂ ਦੁਕਾਨਾਂ ਅਤੇ ਘਰ ਉੱਥੇ ਰੋਡ ਦੇ ਉੱਤੇ ਸੀ, ਅਸੀਂ ਉਹਨਾਂ ਦੇ ਘਰ ਦੇ ਅੰਦਰ ਵੜ ਕੇ ਅਤੇ ਬਾਹਰ ਨਿਕਲੇ ਪਿਛਲੇ ਪਾਸੋਂ, ਸਾਡਾ ਘਰ ਉਹਨਾਂ ਦੇ ਬਿਲਕੁਲ ਪਿਛਲੇ ਪਾਸੇ ਸੀ। ਬਸ ਉਹ ਭੀੜਾਂ ਜਿਹੜੀਆਂ ਗੁਰਦੁਆਰਾ ਸਾਹਿਬ ਤੋਂ ਜਿੱਧਰ ਅਸੀਂ ਦੌੜੇ ਉਹ ਉਹਨਾਂ ਦੇ ਘਰ ਵੱਲ ਦੌੜ ਗਈਆਂ, ਘਰ ਦੇ ਵਿੱਚ ਅੱਗ ਲਾਉਣੀ ਸ਼ੁਰੂ ਕਰਤੀ। ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਮਾਮਾ ਜੀ ਆਏ ਹੋਏ ਸੀ, ਉਹਨਾਂ ਨੂੰ ਗੋਲੀ ਮਾਰਤੀ ਉਸੇ ਟਾਈਮ ਹੀ। ਸਭ ਤੋਂ ਪਹਿਲੀ ਗੋਲੀ ਦੀ ਆਵਾਜ਼ ਆਈ ਅਤੇ ਉਹਦੇ ਮਾਮਾ ਜੀ ਨੂੰ, ਉਹਨਾਂ ਕੋਲ ਇਸ ਤਰ੍ਹਾਂ ਦੇ ਹਥਿਆਰ ਵੀ ਸੀ ਗੋਲੀਆਂ ਵਾਲੇ? ਹਾਂਜੀ, ਹੈ ਤਾਂ ਹੀ ਚੱਲੀ ਗੋਲੀ, ਹਥਿਆਰ ਬੰਦਾ ਮਰਿਆ ਗੋਲੀ ਦੇ ਨਾਲ। ਔਰ ਉਸ ਤੋਂ ਬਾਅਦ ਉਹਨਾਂ ਨੇ ਘਰ ਦੀਆਂ ਜਨਾਨੀਆਂ ਨੂੰ ਆਦਮੀਆਂ ਨੂੰ ਮਾਰਨਾ ਕੁੱਟਣਾ, ਇੱਕਦਮ ਚੀਕ ਚਗਾੜ ਪੈ ਗਈ, ਚੀਕ ਚਗਾੜ ਪੈ ਗਈ। ਉਹਨਾਂ ਦਾ ਇੱਕ ਟਰੱਕ ਸਾਡੇ ਘਰ ਦੇ ਨਜ਼ਦੀਕ ਖੜ੍ਹਾ ਸੀਗਾ, ਉਹਨਾਂ ਨੇ ਆਪਣੇ ਵੱਲੋਂ ਹਾਈਵੇ ਤੋਂ ਰੋਡ ਤੋਂ ਪਿਛਲੇ ਪਾਸੇ ਖੜ੍ਹਾ ਕੀਤਾ ਸੀ, ਕਿਉਂਕਿ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਅੱਗ ਲਾਈਆ ਜਾ ਰਹੀ ਹੈ। ਉਹਨਾਂ ਨੇ ਉਹਨਾਂ ਦੇ ਟਰੱਕ ਨੂੰ ਅੱਗ ਲਗਾ ਕੇ, ਉਹਨਾਂ ਦਾ ਇੱਕ ਲੜਕਾ ਸੀ ਗੁਰਚਰਨ ਸਿੰਘ, ਉਹਨੂੰ ਭੀੜ ਨੇ ਚੁੱਕਿਆ, 7-8 ਬੰਦਿਆਂ ਨੇ ਅਤੇ ਜਲਦੇ ਟਰੱਕ ਦੇ ਵਿੱਚ ਸੁੱਟ ਦਿੱਤਾ। ਉਹਦਾ ਇੱਕ ਭਰਾ ਹੋਰ ਸੀ ਤਜਿੰਦਰ ਸਿੰਘ, ਉਹ ਡਰ ਦਾ ਮਾਰਾ ਛੱਤ 'ਤੇ ਚੜ੍ਹ ਗਿਆ, ਉਹਦੇ ਪਿੱਛੇ ਭੀੜ ਗਈ, ਉਹਨੂੰ ਛੱਤ 'ਤੇ ਧੱਕਾ ਮਾਰ ਕੇ ਥੱਲੇ ਸੁੱਟਿਆ।
ਹੋਰ ਉਹਨਾਂ ਦੇ ਤਿੰਨ ਚਾਰ ਭਰਾ ਸੀ, ਸਾਰੇ ਹੀ ਫੱਟੜ ਹੋ ਗਏ, ਉਹਨਾਂ ਦੇ ਫਾਦਰ ਵੀ ਫੱਟੜ ਹੋ ਗਏ, ਉਹਨਾਂ ਦੀ ਬਾਹ ਟੁੱਟ ਗਈ, ਇੱਥੇ ਅੱਗ ਨਾਲ ਸਾਰਾ ਜਲ ਗਿਆ। ਉਸ ਤੋਂ ਬਾਅਦ ਜਦੋਂ ਅਸੀਂ ਦੇਖਿਆ ਵੀ ਗੁਰਚਰਨ ਸਿੰਘ ਨੂੰ ਉਹਨਾਂ ਨੇ ਚੁੱਕ ਕੇ ਵਿੱਚ ਸੁੱਟਤਾ, ਫਿਰ ਅਸੀਂ ਆਪਣਾ ਘਰ ਖਾਲੀ ਕਰਕੇ, ਮੇਰੀਆਂ ਚਾਰ ਸਿਸਟਰ ਸੀਗੀਆਂ, ਇੱਕ ਮੇਰੀ ਸਿਸਟਰ ਦੀ ਮੈਰਿਜ ਹੋਈ ਸੀ, ਉਹਦਾ ਬੇਟਾ ਹੋਇਆ ਸੀ, ਅਤੇ ਅਸੀਂ ਹੋਸਪਿਟਲ ਤੋਂ 20 ਦਿਨ ਪਹਿਲਾਂ ਹੀ ਇੱਥੇ ਆਪਣੇ ਘਰ ਲੈ ਆਏ ਸੀ। ਅਤੇ 31 ਤਰੀਕ ਨੂੰ ਅਕਤੂਬਰ ਨੂੰ ਜਦੋਂ ਇੰਦਰਾ ਗਾਂਧੀ ਨੂੰ ਮਾਰਤਾ, ਅਤੇ ਮੇਰੇ ਜੀਜਾ ਜੀ ਵੀ ਜਿਹੜੇ ਜਨਕਪੁਰ ਹੀ ਰਹਿੰਦੇ ਸੀ, ਉਹ ਸਾਡੇ ਘਰ ਹੀ ਆ ਗਏ, ਅਤੇ ਉੱਥੇ ਭੀੜ ਨੇ ਜਿਹੜਾ ਸਾਡੇ 'ਤੇ ਹਮਲਾ ਕਰ ਦਿੱਤਾ। ਮੇਰੇ ਫਾਦਰ ਦੇ ਸਿਰ ਵਿੱਚ ਸਰੀਏ ਮਾਰੇ, ਮੇਰੇ ਮਦਰ ਦੇ ਮੱਥੇ ਦੇ ਵਿੱਚ ਇੱਟ ਮਾਰੀ, ਮੇਰੇ ਜੀਜਾ ਜੀ ਨੂੰ ਵੀ ਕੁੱਟਿਆ, ਅਤੇ ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਸਾਡਾ ਪਰਿਵਾਰ ਬਿਲਕੁਲ ਹੀ ਕੀ ਕਹੀਏ ਅਸੀਂ ਹੁਣ ਸ਼ਬਦ। ਫਾਦਰ ਸਾਹਿਬ ਦੀ ਡੈਥ ਹੋ ਗਈ ਇਸ ਤਰ੍ਹਾਂ ਜੀ, ਮੈਂ ਬਚ ਗਿਆ ਸੀਗਾ, ਮੈਂ ਆਪਣੇ ਫਾਦਰ ਸਾਹਿਬ ਨੂੰ ਚੁੱਕਿਆ, ਮੰਦਿਰ ਸੀ ਸਾਹਮਣੇ, ਮੰਦਿਰ ਦੇ ਬਿਲਕੁਲ ਸਾਹਮਣੇ ਇੱਕ ਬੁੱਢੀ ਹੋ ਰਿਹਾ ਸੀ, ਉਹਨੇ ਚਲਾਇਆ, ਕਹਿੰਦੀ ਤੁਸੀਂ ਇਹਨਾਂ ਨੂੰ ਅੰਦਰ ਲਿਆਓ, ਅੰਦਰ ਲਿਆਓ, ਉਹਨੇ ਆਪਣੇ ਘਰ ਸਾਨੂੰ ਵਾੜਿਆ, ਜੀਜਾ ਜੀ ਵੀ ਉੱਥੇ, ਫਾਦਰ ਵੀ ਉੱਥੇ, ਅਤੇ ਬਾਹਰੋਂ ਤਾਲਾ ਲਗਾ ਕੇ ਜਾ ਕੇ ਮੰਦਿਰ 'ਚ ਬੈਠ ਗਈ। ਸਾਰੀ ਰਾਤ ਅਸੀਂ ਜਿਹੜੀ ਹੈ ਉੱਥੇ ਅੰਦਰ ਕੱਟੀ, ਅਸੀਂ ਉਹਨਾਂ ਦੇ ਛੱਤ 'ਤੇ ਚੜ੍ਹ ਕੇ ਥੋੜ੍ਹਾ ਜਿਹਾ ਕੁਛ ਦੇਖਦੇ ਸੀ, ਸਿਰ ਲੁਕਾ ਕੇ ਅਤੇ ਥੱਲੇ ਆ ਜਾਂਦੇ ਸੀ, ਲੇਕਿਨ ਮੇਰੇ ਫਾਦਰ ਦੀ ਹਾਲਤ ਕਾਫੀ ਵਿਗੜ ਰਹੀ ਸੀ। ਔਰ ਨਾਲੇ ਸਵੇਰੇ 5 ਵਜੇ ਦੇ ਕਰੀਬ ਕਰੀਬ ਉਹ ਬੁੱਢੀ ਮਾਈ ਆਈ, ਕਹਿੰਦੀ ਜੀ ਤੁਸੀਂ ਇੱਥੋਂ ਨਿਕਲ ਜਾਓ, ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਤੁਸੀਂ ਇੱਥੇ ਚੁੱਪੇ ਹੋਏ ਆ, ਅਤੇ ਤੁਸੀਂ ਇਹਨੂੰ ਛੋੜ ਦਿਓ, ਨਹੀਂ ਤਾਂ ਤੁਹਾਡਾ ਕੋਈ ਬਚਾਅ ਨਹੀਂ ਹੈਗਾ। ਅਤੇ ਸਾਡੇ ਘਰ ਦੇ ਮੇਰੇ ਪੜੋਸੀ ਸਨ ਜਿਹੜੇ, ਉਹਨਾਂ ਨੇ ਆਪਣੀ ਸਾਈਕਲ ਦਿੱਤੀ, ਕਿਉਂਕਿ ਉਸ ਟਾਈਮ ਸਾਡੇ ਕੋਲ ਕੁਛ ਹੈ ਨਹੀਂ ਸੀ, ਸਾਈਕਲਾਂ ਹੀ ਸੀਗਾ, ਇੱਕ ਸਾਈਕਲ ਮੇਰੀ ਸੀ ਅਤੇ ਇੱਕ ਉਹਨਾਂ ਦੀ। ਮੈਂ ਆਪਣੇ ਫਾਦਰ ਨੂੰ ਆਪਣੇ ਅੱਗੇ ਬੈਠਾ, ਅਤੇ ਪਿੱਛੋਂ ਮੇਰੇ ਜੀਜਾ ਜੀ ਨੇ ਉਹਨਾਂ ਨੂੰ ਬੰਨਤਾ। ਅਸੀਂ ਹੋਸਪਿਟਲਾਈਜ਼ ਵਾਸਤੇ ਸਵੇਰੇ 6:15 ਦੇ ਕਰੀਬ ਕਰੀਬ ਜਾ ਰਹੇ ਸੀ, ਦੂਜੀ ਤਰੀਕ ਦੀ ਗੱਲ ਹੈ ਜੀ, ਹਾਂਜੀ 2 ਨਵੰਬਰ, ਅਤੇ ਪਿੱਛੇ ਜੀਜਾ ਜੀ ਦੂਸਰੀ ਸਾਈਕਲ ਸਾਡੇ ਪੜੋਸੀਆਂ ਨੇ ਦਿੱਤੀ, ਉਹਦੇ 'ਤੇ ਆ ਰਹੇ ਸੀ। ਜਿਸ ਤਰ੍ਹਾਂ ਹੀ ਅਸੀਂ ਉੱਤਮ ਨਗਰ ਕਾਂਗਰਸ ਆਈ ਦਾ, ਕਾਂਗਰਸ ਦਾ ਦਫ਼ਤਰ ਸੀ, ਆਈ ਨਹੀਂ ਮੈਨੂੰ ਪਤਾ ਕੀ ਸੀ, ਕਾਂਗਰਸ ਦਾ ਦਫ਼ਤਰ ਸੀ, ਉੱਥੇ ਅਸੀਂ ਬੁਕਲਾ ਮਾਲ ਕੇ ਜਾ ਰਹੇ ਸੀ ਕੰਬਲ, ਕਿਉਂਕਿ ਸਵੇਰੇ ਦਾ ਟਾਈਮ ਸੀ, ਠੰਡ ਦੇ ਦਿਨ ਸੀਗੇ, ਅੰਧੇਰਾ ਵੀ ਸੀ, ਪਤਾ ਨਹੀਂ ਕਿਸ ਤਰ੍ਹਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਸਰਦਾਰ ਹੈਗੇ। ਉਹਨਾਂ ਨੇ ਇਮੀਡੀਏਟ ਉਹ ਦਫ਼ਤਰ 'ਚੋਂ ਬਾਹਰ ਨਿਕਲੇ, ਰੋਲਾ ਪੈ ਗਿਆ, ਸਰਦਾਰ ਆ ਗਏ, ਮਾਰ ਦਿਓ, ਮਾਰ ਦਿਓ, ਮਾਰ ਦਿਓ, ਮਾਰ ਦਿਓ। ਉਹਨਾਂ ਨੇ ਧੱਕਾ ਮਾਰਿਆ ਸਾਈਕਲ ਤੋਂ, ਮੈਂ ਵੀ ਗਿਰ ਗਿਆ, ਮੇਰੇ ਫਾਦਰ ਵੀ ਗਿਰ ਗਏ, ਫਾਦਰ ਬੰਨੇ ਹੋਏ ਸੀ ਨਾਲ, ਲੇਕਿਨ ਉਹ ਕਿਸ ਤਰ੍ਹਾਂ ਵੀ ਕਰਕੇ ਗੱਠ ਖੁੱਲ੍ਹ ਗਈ। ਪਿੱਛੋਂ ਜੀਜਾ ਜੀ ਆ ਰਹੇ ਸੀ, ਉਹਨਾਂ ਨੂੰ ਵੀ ਜਿਹੜਾ ਹੈਗਾ ਉਹਨਾਂ ਨੇ ਉੱਥੇ ਤੁਹਾਡੇ 'ਤੇ ਅਟੈਕ ਜਿਹੜਾ ਉੱਥੇ ਭੀੜ ਨੇ, ਹਾਂਜੀ ਭੀੜ ਨੇ ਕਰ ਦਿੱਤਾ। ਉੱਥੇ ਭੀੜ ਨੇ ਜਦੋਂ ਅਟੈਕ ਕਰਨਾ ਸ਼ੁਰੂ ਕੀਤਾ, ਮੈਂ ਆਪਣੇ ਸਿਰ ਨੂੰ ਬਚਾਉਣ ਵਾਸਤੇ ਸਰੀਏ ਪੈ ਰਹੇ, ਸਭ ਕੁਛ ਕੋਸ਼ਿਸ਼ ਕੀਤੀ। ਫਾਦਰ ਪਹਿਲਾਂ ਹੀ ਜ਼ਖਮੀ ਸੀ, ਉਹ ਗਿਰ ਚੁੱਕੇ ਸਨ, ਜੀਜਾ ਜੀ ਵੀ ਗਿਰ ਚੁੱਕੇ ਸਨ। ਆਪਾਂ ਇੱਥੋਂ ਦੁਬਾਰਾ ਜਿਹੜਾ ਜੀ ਉਹ ਸਟਾਰਟ ਕਰਦੇ ਹਾਂ। ਮੈਨੂੰ ਪਤਾ ਹੈ ਕਿ ਇਹ ਇਸ ਤਰ੍ਹਾਂ ਦੀ ਗੱਲ ਹੈ, ਉਹਨੂੰ ਰੁਕਣਾ ਬੜਾ ਔਖਾ ਹੈ ਜੀ, ਪਰ ਥੋੜ੍ਹੀਆਂ ਜਿਹੜੀਆਂ ਉਹ ਮਜਬੂਰੀਆਂ ਨੇ ਪ੍ਰੋਗਰਾਮ ਦੀਆਂ। ਮੈਨੂੰ ਪਤਾ ਜਿਸ ਲੈਅ 'ਚ ਤੁਸੀਂ ਜਿਹੜੀ ਜੀ ਉਹ ਗੱਲ ਕਰ ਰਹੇ ਸੀਗੇ, ਕਿਉਂਕਿ ਉਹ ਤਾਂ ਇੱਕ ਸੈਕਿੰਡ ਵੀ ਭੁੱਲਣ ਵਾਲੀ ਨਹੀਂ ਹੈ, ਕੁਛ ਵੀ ਜਿਹੜਾ ਉਹਦੇ 'ਚੋਂ ਭੁੱਲਿਆ ਨਹੀਂ। HS ਕੋਹਲੀ ਸਾਹਿਬ ਸਾਡੇ ਨਾਲ ਮਹਿਮਾਨ ਮੌਜੂਦ ਨੇ। ਨਵੰਬਰ 1984 ਜੋ ਕੁਛ ਉਹਦੇ ਵਿੱਚ ਜਿਹੜਾ ਜੀ ਉਹ ਹੋਇਆ, ਉਹਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ, ਔਰ ਗੱਲਬਾਤ ਸਿਆਸਤ ਦੇ ਉੱਤੇ ਵੀ ਜਿਹੜੀ ਜੀ ਉਹ ਕੋਹਲੀ ਸਾਹਿਬ ਤੋਂ ਪੁੱਛਾਂਗੇ ਕਿ ਬਾਅਦ 'ਚ ਕੀ ਹੋਇਆ, ਕਿਵੇਂ ਇਹ ਪਰਿਵਾਰ ਅੱਜ ਵੀ ਜਿਹੜੇ ਆ ਜੀ ਉਹ ਸੈਟਲ ਨਹੀਂ ਹੋ ਸਕੇ, ਵਾਪਸ ਪਰਤ ਰਹੇ ਹਾਂ। ਸਵਾਗਤ ਹੈ ਜੀ ਇੱਕ ਵਾਰੀ ਫਿਰ, ਔਰ ਅੱਜ ਦੇ ਇਸ ਫਾਇਰ ਲਾਈਨ ਦੇ ਵਿੱਚ ਜੋ ਫਾਇਰ ਜਿਹੜੀ ਸੀ 1984 ਦੇ ਵਿੱਚ, ਜੋ ਅੱਗਾਂ ਜਿਹੜੀਆਂ ਸੀ 1984 ਦੇ ਵਿੱਚ ਲੱਗੀਆਂ, ਐਸੀ ਅੱਗ ਲੱਗੀ ਕਿ ਉਹਦਾ ਸੇਕ ਅੱਜ ਵੀ ਉਨਾ ਹੀ ਉਹਨਾਂ ਪਿੰਡਿਆਂ ਦੇ ਉੱਤੇ ਕਮ ਸੇ ਕਮ ਮਹਿਸੂਸ ਕੀਤਾ ਜਾ ਸਕਦਾ ਹੈ, ਜਿਹੜੇ ਵਿਕਟਮ ਨੇ ਜਾਂ ਜਿਹੜੇ ਇਨਸਾਫ ਪਸੰਦ ਲੋਕ ਨੇ ਜਿਹੜੇ ਅੱਜ ਵੀ ਇਸ ਉਡੀਕ ਦੇ ਵਿੱਚ ਨੇ ਕਿ ਉਹ ਬਿਰਖ ਨਾ ਬਣ ਜਾਣ ਇਦੋਂ ਪਹਿਲਾਂ ਕਿ ਜਿਹੜੀਆਂ ਅਦਾਲਤਾਂ ਨੇ ਉਹਦੇ ਵਿੱਚੋਂ ਕੋਈ ਖਬਰ ਆਵੇ। ਖਬਰ ਆਵੇ ਕਿਵੇਂ? ਕਿਉਂਕਿ ਸਿਆਸਤਦਾਨਾਂ ਦਾ ਗਲਬਾ ਹੈ, ਜਿਹੜੇ ਅੱਜ ਦਾਅਵਾ ਕਰਦੇ ਨੇ ਕਿ ਬਹੁਤ ਧੱਕਾ ਜਿਹੜਾ ਜੀ ਹੋਇਆ, ਉਹ ਖੁਦ ਮਿਨਿਸਟਰ ਵੀ ਰਹੇ, ਅੱਜ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਮਿਨਿਸਟਰ ਨੇ, ਪਰ ਇਸ ਮਾਮਲੇ ਦੇ ਵਿੱਚ ਤਾਂ ਕੁਛ ਵੀ ਨਹੀਂ ਹੋ ਸਕਿਆ। SIT ਜਿਹੜੀ ਉਹ ਬਣੀ, ਉਹਦੇ ਮੈਂਬਰ ਤੱਕ ਪੂਰੇ ਨਹੀਂ ਹੋ ਸਕੇ। ਕੋਹਲੀ ਸਾਹਿਬ ਦਾ ਪਰਿਵਾਰ ਜਿਹੜਾ ਉਹ ਵਿਕਟਮ ਹੈ ਇਸ ਸਾਰੇ ਹਾਦਸੇ ਦਾ, ਜੋ ਕੁਛ ਜਿਹੜਾ ਜੀ ਉਹ ਹੋਇਆ, ਜੋ ਕਤਲੇਆਮ 1984 ਦੇ ਵਿੱਚ ਹੋਇਆ। ਤੁਸੀਂ ਫਿਰ ਇੱਥੇ ਪੰਜਾਬ ਜਦੋਂ ਆਏ, ਉੱਥੇ ਅਟੈਕ ਹੋ ਗਿਆ ਤੁਹਾਡੇ ਫਾਦਰ ਸਾਹਿਬ, ਤੁਹਾਡੇ ਜੀਜਾ ਜੀ ਉਹਨਾਂ ਦੇ ਉੱਤੇ, ਫਿਰ ਇਹ ਕਿਵੇਂ ਤੁਸੀਂ ਪਰਿਵਾਰ ਨੂੰ ਜਿਹੜਾ ਜੀ ਉਹ ਜਿੰਨਾ ਬਚਿਆ ਸੀ ਉਹਨੂੰ ਇਕੱਠਾ ਕਰਕੇ ਕਿੱਥੇ ਆਏ, ਪੰਜਾਬ ਕਿਵੇਂ ਆਏ, ਕਿੰਨੇ ਕੁ ਦਿਨ ਲੱਗ ਗਏ ਉਦੋਂ ਆਉਂਦਿਆਂ ਜੀ? ਇਸ ਤਰ੍ਹਾਂ ਲਗਭਗ
8 9 ਮਹੀਨੇ ਲੱਗ ਗਏ ਪੰਜਾਬ ਆਂਦੇ ਆ ਮੈਂ ਕੱਲਾ ਪੰਜਾਬ ਆਇਆ ਕਿਉਂਕਿ ਪਰਿਵਾਰ ਸਾਰਾ ਉੱਥੇ ਸੀ ਤੇ ਮੈਨੂੰ ਨਾਮ ਮੈਂ ਲਿਆ ਸੀ ਕਿ ਸੱਜਣ ਕੁਮਾਰ ਨੇ ਜਿਹੜਾ ਹੈਗਾ ਕੀਤਾ ਤੇ ਮੈਨੂੰ ਪੂਰਾ ਡਰ ਸੀਗਾ ਵੀ ਮੇਰੇ ਤੇ ਕਿਸੇ ਵੀ ਟਾਈਮ ਹਮਲਾ ਹੋ ਸਕਦਾ ਤੇ ਮੇਰੇ ਰਿਸ਼ਤੇਦਾਰ ਸਨ ਇੱਥੇ ਮੇਰੇ ਮਾਸੀ ਜੀ ਮਸੜ ਜੀ ਸਨ ਅੰਮ੍ਰਿਤਸਰ ਉਹਨਾਂ ਦੇ ਕੋਲ ਮੈਂ ਚਲਾ ਗਿਆ ਸੀ ਉੱਥੇ ਰਹਿ ਕੇ ਮੈਂ ਇੱਕ ਪਾਰਟਨਰ ਬਣਾ ਕੇ ਤੇ ਜਿਹੜਾ ਕੰਮ ਮੈਂ ਜਾਂਦਾ ਸੀ ਜਿਹੜਾ ਦਿੱਲੀ 'ਚ ਮੇਰਾ ਸੜ ਗਿਆ ਸੀ ਉਹ ਕੰਮ ਜਿਹੜਾ ਮੈਂ ਸ਼ੁਰੂ ਕੀਤਾ ਲੇਕਿਨ ਤੁਸੀਂ ਪਾਣੀ ਪੀ ਲਓ ਕੋਈ ਗੱਲ ਨਹੀਂ ਐਚ ਐਸ ਕੋਹਲੀ ਸਾਹਿਬ ਸਾਡੇ ਨਾਲ ਮੌਜੂਦ ਨੇ ਜੀ ਇਹ ਗੱਲਾਂ ਕੁਛ ਲੋਕ ਕਹਿੰਦੇ ਆ ਕਿ ਭੁੱਲ ਜਾਓ ਇਹ ਬਹੁਤ ਸਾਰੇ ਸਾਲ ਜਿਹੜੇ ਜੀ ਉਹ ਹੋ ਗਏ ਔਰ ਇਹ ਭੁੱਲਣ ਵਾਲੀ ਗੱਲ ਮੈਂ ਕੋਹਲੀ ਸਾਹਿਬ ਤੋਂ ਪੁੱਛੂੰਗਾ ਇਹਨਾਂ ਨੂੰ ਵੀ ਜਿਹੜਾ ਜੀ ਉਹ ਆਖਿਆ ਸੀਗਾ ਹਾਂਜੀ ਤੁਸੀਂ ਦੱਸ ਰਹੇ ਸੀ ਬਿਜ਼ਨਸ ਤੁਸੀਂ ਸੈੱਟ ਜਿਹੜਾ ਜੀ ਉਹ ਹਾਂਜੀ ਮੈਂ ਫਿਰ ਉੱਥੇ ਕੰਮ ਸ਼ੁਰੂ ਕੀਤਾ ਲੇਕਿਨ ਕੰਮ ਮੇਰਾ ਚੱਲ ਵੀ ਗਿਆ ਲੇਕਿਨ 92 93 94 ਦੇ ਵਿੱਚ ਅੱਤਵਾਦ ਜਿਹੜਾ ਕਾਫੀ ਜ਼ਿਆਦਾ ਵੱਧ ਗਿਆ 2-3 ਵਾਰੀ ਸਾਡੇ ਨਾਲ ਗਨ ਪੁਆਇੰਟ ਦੇ ਉੱਤੇ ਲੁੱਟਾਂ ਖੋਹਾਂ ਹੋਈਆਂ ਔਰ ਮੇਰੀ ਫੈਕਟਰੀ ਦਾ ਬਿਲਕੁਲ ਨਾਲ ਵਾਲੀ ਫੈਕਟਰੀ ਉਹਨਾਂ ਦੀਆਂ 6 ਫੈਕਟਰੀਆਂ ਸੀ ਉਸ ਟਾਈਮ ਅਤੇ ਉਹਨਾਂ ਦਾ ਬੇਟਾ ਜਿਹੜਾ ਹੈਗਾ 1 ਸਾਲ ਪਹਿਲੇ ਵਿਆਹਿਆ ਗਿਆ ਸੀ ਸਾਡੀ ਫੈਕਟਰੀ ਦੇ ਗੇਟ ਦੇ ਅੱਗੋਂ ਉਹਨੂੰ ਅਗਵਾ ਕਰ ਲਿਆ ਸੀ ਅਤੇ ਦਿਵਾਲੀ ਵਾਲੀ ਰਾਤ ਤਰਨ ਤਾਰਨ ਦੇ ਵਿੱਚ ਰੇਲਵੇ ਲਾਈਨ ਦੇ ਉੱਤੇ ਉਹਦਾ ਬਾਡੀ ਮਿਲੀ ਸੀਗੀ ਡੈਡ ਬਾਡੀ ਮਿਲੀ ਸੀ ਉਸ ਤੋਂ ਬਾਅਦ ਮੈਂ ਡਰ ਗਿਆ ਕਿ ਜੇ 6 ਫੈਕਟਰੀਆਂ ਦੇ ਮਾਲਕ ਜਿਹੜੇ ਪੁਰਾਣੇ ਇੱਥੇ ਦੇ ਜੰਮ ਪਲ ਨੇ ਅੰਮ੍ਰਿਤਸਰ ਦੇ ਅਗਰ ਉਹ ਸੁਰੱਖਿਅਤ ਨਹੀਂ ਹੈਗੇ ਤਾਂ ਮੈਂ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦਾ ਮੈਂ ਆਪਣਾ ਜਿਹੜਾ ਵੀ ਕਾਰੋਬਾਰ ਸੀ ਮਿੱਟੀ ਦੇ ਭਾਅ ਵੇਚ ਕੇ ਕਿਉਂਕਿ ਮੈਨੂੰ ਪਤਾ ਸੀਗਾ ਕਿ ਜੇਕਰ ਉਹਦੇ ਨਾਲ ਹੋ ਗਿਆ ਤਾਂ ਮੇਰੇ ਨਾਲ ਵੀ ਹੋ ਸਕਦਾ ਉਹਨਾਂ ਵਾਸਤੇ ਜਿਹਦੇ ਕੋਲ 2 ਪੈਸੇ ਸੀਗੇ ਉਹਦੇ ਪਿੱਛੇ ਉਹ ਪੈ ਜਾਂਦੇ ਸੀਗੇ ਅਤੇ ਮੈਂ ਫਿਰ ਮੇਰੇ ਫਾਦਰ ਇਨਲਾ ਇੱਥੇ ਸਵਰਾਜ ਟਰੈਕਟਰ ਮੋਹਾਲੀ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਨੇ ਕਿਹਾ ਬੇਟਾ ਤੂੰ ਮੇਰੇ ਕੋਲ ਆ ਜਾ ਅਤੇ ਮੈਂ ਸਾਲ 1.5 ਸਾਲ ਇੱਥੇ ਮੋਹਾਲੀ 'ਚ ਰਿਹਾ ਫਿਰ ਮੈਂ ਡੇਰਾ ਬੱਸੀ ਆਪਣਾ ਛੋਟਾ ਜਿਹਾ ਅਧਾਰਾ ਸ਼ੁਰੂ ਕੀਤਾ ਫਿਰ ਆਸਤਾ ਆਸਤਾ ਘਰ ਵੀ ਮੈਂ ਜਿਹੜਾ ਉੱਥੇ ਡੇਰਾ ਬੱਸੀ ਲੈ ਗਿਆ ਅਤੇ ਕੋਹਲੀ ਸਾਹਿਬ ਬੜੇ ਦਾਅਵੇ ਕੀਤੇ ਜਾਂਦੇ ਆ ਸਰਕਾਰਾਂ ਦੇ ਵੱਲੋਂ ਕਿ ਇੰਨਾ ਹੀ ਮਦਦ ਹੋ ਗਈ ਇਹਨਾਂ ਵਿਕਟਮ ਫੈਮਿਲੀਜ਼ ਦੀ ਕੁਛ ਫੈਮਿਲੀਜ਼ ਨੂੰ ਮੈਂ ਜਾਣਦਾ ਉਹ ਅੱਜ ਵੀ ਰੁਲ ਰਹੇ ਆ ਉਹਨਾਂ ਦੇ ਵਿੱਚੋਂ ਚਲੋ ਤੁਸੀਂ ਤੁਹਾਡੇ ਕੋਲ ਤਾਂ ਇੱਕ ਆਰਟ ਸੀਗਾ ਜਿਹਦੇ ਸਹਾਰੇ ਤੁਸੀਂ ਅੱਜ ਆਪਣੇ ਆਪ ਨੂੰ ਸਟੈਬਲਿਸ਼ ਕਰ ਰਹੇ ਇਹਦੇ ਵਿੱਚ ਕੋਈ ਸਰਕਾਰਾਂ ਦੀ ਤਾਂ ਦੇਣ ਨਹੀਂ ਹੈਗੀ ਕਿੰਨੀ ਕੁ ਮਦਦ ਜਿਹੜੀ ਆ ਉਹ ਫਾਈਨੈਂਸ਼ਲੀ ਜਾਂ ਉਂਝ ਸਰਕਾਰਾਂ ਨੇ ਇਹਨਾਂ ਪਰਿਵਾਰਾਂ ਦੀ ਕੀਤੀ ਸਰਕਾਰਾਂ 6 ਸਾਲ ਵਾਜਪੇਈ ਸਾਹਿਬ ਦੀ ਵੀ ਰਹੀ ਹੁਣ 5ਵਾਂ ਸਾਲ ਜਿਹੜਾ ਜੀ ਮੋਦੀ ਸਰਕਾਰ ਨੂੰ ਚੱਲ ਗਿਆ ਕਿਉਂਕਿ ਕਾਂਗਰਸ ਤੋਂ ਤਾਂ ਉਮੀਦ ਨਹੀਂ ਕੀਤੀ ਜਾ ਸਕਦੀ ਇਸ ਤਰ੍ਹਾਂ ਦੀ ਕਿੰਨੀ ਕੁ ਹੈਲਪ ਹੋਈ ਤੁਹਾਡੀ ਜਾਂ ਤੁਹਾਡੇ ਪਰ ਕਿਉਂਕਿ ਤੁਸੀਂ ਉਹਨਾਂ ਲੋਕਾਂ ਦੇ ਵਿੱਚੋਂ ਜਿਹੜੇ ਮੂਹਰੇ ਲੱਗ ਕੇ ਲੜ ਰਹੇ ਹੋ ਤੁਹਾਨੂੰ ਬਾਕੀ ਪਰਿਵਾਰਾਂ ਦਾ ਵੀ ਹਾਲਾਤ ਪਤਾ ਕਿੰਨੀ ਕੁ ਮਦਦ ਹੋਈ ਇਸ ਤਰ੍ਹਾਂ ਕਿ ਮੈਂ ਜੇ ਆਪਣੀ ਗੱਲ ਕਰਾਂ ਤਾਂ ਮੈਂ ਪਹਿਲੇ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਮੇਰਾ ਇੱਕੋ ਹੀ ਕਹਿਣਾ ਸੀ ਕਿ ਮੈਨੂੰ ਜਸਟਿਸ ਚਾਹੀਦਾ ਜਦੋਂ ਮੈਨੂੰ ਜਸਟਿਸ ਮਿਲ ਜਾਏਗਾ ਮੈਂ ਸਭ ਕੁਛ ਲੈ ਲਵਾਂਗਾ ਤੁਸੀਂ ਮਕਾਨ ਆਫਰ ਕਰਦੇ ਹੋ ਜਾਂ ਜੋ ਵੀ ਕਰਦੇ ਹੋ ਮੈਂ ਨਹੀਂ ਲਿਆ ਲੇਕਿਨ ਮੇਰੇ ਨਾਲ ਜਿਹੜੇ ਪਰਿਵਾਰ ਪਿੱਛੇ ਨਾਥ ਸਿੰਘ ਦਾ ਪਰਿਵਾਰ ਸੀ ਗੁਰਚਰਨ ਸਿੰਘ 24 ਸਾਲ ਇੱਥੇ ਬਲੌਂਗੀ ਦੇ ਵਿੱਚ ਬੈੱਡ ਰਿਡਨ ਰਿਹਾ ਇਹ ਬੜੀ ਅਹਿਮ ਗੱਲ ਹੈ ਜੀ ਤੁਸੀਂ ਦੱਸੀ ਇਹ ਉਹਦਾ ਭਰਾ ਇੱਕ ਹੋਰ ਜਿਹੜਾ ਤਜਿੰਦਰ ਸਿੰਘ ਉਹ ਵੀ ਅੱਜ ਬਲੌਂਗੀ 'ਚ ਬੈੱਡ ਰਿਡਨ ਹੈਗਾ ਉਹਨੂੰ ਵੀ ਸੱਟ ਜਿਹੜੀ ਕੋਠੇ ਤੋਂ ਤੁਸੀਂ ਦੱਸਿਆ ਕਿ ਛਲਾਂਗ ਉਹ ਬੱਚਣ ਵਾਸਤੇ ਕੋਠੇ ਤੇ ਚੜ ਗਿਆ ਪੀਰ ਕੋਠੇ ਤੋਂ ਉਹਨੂੰ ਥੱਲੇ ਸੁੱਟ ਦਿੱਤਾ ਉਹ ਅੱਜ ਵੀ ਬੈੱਡ ਦੇ ਉੱਤੇ ਆ ਹੁਣ ਬੈੱਡ ਦੇ ਉੱਤੇ ਆ ਸਰ ਅਸੀਂ ਮੈਂ 3-4 ਦਿਨ ਪਹਿਲੇ ਮਿਲ ਕੇ ਆਇਆ ਉਹਨਾਂ ਨੂੰ ਔਰ ਬੈੱਡ ਦੇ ਗੁਰਚਰਨ ਸਿੰਘ ਹੋਰੇ ਦੀ ਡੈਥ ਤੁਸੀਂ ਦੱਸਿਆ ਕਿ 6-7 ਸਾਲ ਪਹਿਲਾਂ ਹੋਈ ਹੈ ਹਾਂਜੀ ਹਾਂਜੀ ਉਹਨਾਂ ਦੀ ਕੋਈ ਮਦਦ ਹੋਈ ਤੇ ਸਰਕਾਰ ਮਰਨ ਤੋਂ ਬਾਅਦ ਹੋਈ ਮਰਨ ਤੋਂ ਬਾਅਦ ਮਰਨ ਤੋਂ ਬਾਅਦ ਉਹਨਾਂ ਦਾ ਰੈੱਡ ਕਾਰਡ ਬਣਿਆ ਤਜਿੰਦਰ ਸਿੰਘ ਜਿਹੜਾ ਹੈਗਾ ਉਹਦਾ ਵੀ ਰੈੱਡ ਕਾਰਡ ਮਰਨ ਤੋਂ ਬਾਅਦ ਬਣਿਆ ਮੇਰਾ ਰੈੱਡ ਕਾਰਡ ਜਿਹੜਾ 2 ਸਾਲ ਪਹਿਲੇ ਹੁਣ ਬਣਿਆ ਹੁਣ ਬਣਿਆ 32 ਸਾਲ ਮਤਲਬ ਮੇਰੇ ਕੋਲੋਂ ਪ੍ਰੂਫ ਮੰਗਦੇ ਰਹੇ ਇਹ ਦਿਓ ਜੀ ਮੈਂ ਉੱਥੇ ਦੇਖਿਆ ਮੋਹਾਲੀ DC ਆਫਿਸ 'ਚ ਫਾਈਲ ਇੰਨੀ ਮੋਟੀ ਹੋ ਗਈ ਕਾਗਜ਼ ਲਗਾ ਕੇ ਲੇਕਿਨ ਉਹ 2 ਸਾਲ ਪਹਿਲੇ ਮੈਨੂੰ ਜਿਹੜਾ ਰੈੱਡ ਕਾਰਡ ਮਿਲਿਆ ਅਤੇ ਮੈਂ ਇੱਕ ਗੱਲ ਕਹੀ ਸੀ ਕਿ ਮੈਂ ਕੁਛ ਵੀ ਮੁਆਵਜ਼ਾ ਨਹੀਂ ਲੈਣਾ ਚਾਹੁੰਦਾ ਪੰਜਾਬ ਸਰਕਾਰ ਤੋਂ ਕਿਉਂਕਿ ਮੈਂ ਉਹਨਾਂ ਨਾਲ ਬਹੁਤ ਨਾਰਾਜ਼ ਸੀ ਪੰਜਾਬ ਸਰਕਾਰ ਤੋਂ ਉਹਨਾਂ ਨੇ ਸ਼ੁਰੂ ਤੋਂ ਪਹਿਲੇ ਦਿਨ ਤੋਂ ਹੀ ਹੱਥ ਕਿਸੇ ਦਾ ਫੜਿਆ ਹੀ ਨਹੀਂ ਸਿਰਫ ਸਾਨੂੰ ਯੂਜ਼ ਕੀਤਾ ਐਜ ਏ ਵੋਟਰ ਟੂਲ ਬਈ ਜਦੋਂ ਵੀ ਇਲੈਕਸ਼ਨ ਆਉਣੇ ਸਾਡੇ ਲੋਕਾਂ ਨੂੰ ਉਹਨਾਂ ਦੇ ਘਰਾਂ 'ਚ ਲੀਡਰਾਂ ਨੇ ਆਉਣਾ ਸ਼ੁਰੂ ਕਰ ਦੇਣਾ ਗਲਵੱਕੜੀਆਂ ਪਾਉਣੀਆਂ ਸ਼ੁਰੂ ਬਾਦਲ ਸਾਹਿਬ 1984 ਤੋਂ ਬਾਅਦ 3 ਵਾਰੀ ਮੁੱਖ ਮੰਤਰੀ ਰਹੇ ਹਾਂਜੀ ਕਦੀ ਮਿਲੇ ਉਹਨਾਂ ਨੂੰ ਇਸ ਤਰ੍ਹਾਂ ਜੀ ਮੈਂ ਇੱਕ ਵਾਰੀ ਉਹਨਾਂ ਦੀ ਕੋਠੀ 'ਤੇ ਮੰਗ ਪੱਤਰ ਦੇਣ ਗਿਆ ਸੀਗਾ
ਸਾਨੂੰ ਅੰਦਰ ਨਹੀਂ ਵੜਨ ਦਿੱਤਾ, ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਇਹ ਕਿਹੜੇ ਸਾਲ ਦੀ ਗੱਲ ਹੈ ਕੋਈ? ਇਹ ਹੋ ਗਏ 7-8 ਸਾਲ ਪਹਿਲੇ ਦੀ ਗੱਲ। ਅੱਛਾ ਜੀ। ਫਿਰ ਉਸ ਤੋਂ ਬਾਅਦ ਸੰਗਤ ਦਰਸ਼ਨ ਉਹਨਾਂ ਨੇ ਕੀਤਾ ਸੀ ਮੋਹਾਲੀ ਦੇ ਵਿੱਚ ਜੀ। ਉੱਥੇ ਮੈਂ ਐਂਬੂਲੈਂਸ 'ਚ ਪਾ ਕੇ ਗੁਰਚਰਨ ਸਿੰਘ ਨੂੰ ਲੈ ਕੇ ਗਿਆ ਸੀ। ਤੁਸੀਂ ਲੈ ਕੇ ਜਿਹੜੇ? ਮੈਂ ਲੈ ਕੇ ਗਿਆ ਸੀਗਾ, ਮੇਰੇ ਕੋਲ ਸਾਰੇ ਫੋਟੋਆਂ ਅਖਬਾਰਾਂ ਦੀਆਂ ਕਟਿੰਗ ਸਭ ਕੁਝ ਪਿਆ ਹੋਇਆ, ਇੰਨੀ ਮੋਟੀ ਫਾਈਲ ਹੋ ਗਈ ਅਖਬਾਰਾਂ ਦੀਆਂ ਕਟਿੰਗ ਦੀ ਮੇਰੀ। ਔਰ ਉਹਨਾਂ ਨੇ ਸਾਨੂੰ ਉੱਥੇ ਤੱਕ ਪੁੱਜਣ ਹੀ ਨਹੀਂ ਦਿੱਤਾ, ਬਾਦਲ ਸਾਹਿਬ। ਬਾਦਲ ਸਾਹਿਬ ਅਸੀਂ ਐਂਬੂਲੈਂਸ 'ਚੋਂ ਕੱਢ ਕੇ ਸਟੇਚਰ 'ਚ ਪਾ ਕੇ ਅੱਗੇ ਲੈ ਕੇ ਜਾ ਰਹੇ ਸੀ, ਉਹਨਾਂ ਨੇ ਉੱਥੇ ਹੀ ਰੋਕ ਲਿਆ, ਉਹਨਾਂ ਨੇ ਬਿਲਕੁਲ ਜਾਣ ਹੀ ਨਹੀਂ ਦਿੱਤਾ। ਫਿਰ ਬਾਦਲ ਸਾਹਿਬ ਅੱਜ ਤੋਂ 4 ਸਾਲ ਪਹਿਲੇ ਡੇਰਾ ਬੱਸੀ ਸੰਗਤ ਦਰਸ਼ਨ ਵਾਸਤੇ ਆਏ ਸੀ। ਪਹਿਲੇ ਖੂਬ ਸਪੀਚਾਂ ਹੋਈਆਂ, ਚੈੱਕ ਚੁੱਕ ਵੰਡੇ ਉਹਨਾਂ ਨੇ ਲੋਕਾਂ ਨੂੰ, ਜਿਹੜੇ ਪੰਚਾਇਤਾਂ ਪੰਚਾਇਤਾਂ ਨੂੰ ਜੇ। ਬਾਅਦ 'ਚ ਜਦੋਂ ਪੱਤਰਕਾਰ ਜਿਹੜੇ ਹੈਗੇ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ ਅਤੇ ਮੈਂ ਬਾਦਲ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਲੇਕਿਨ ਪੁਲਿਸ ਵਾਲਿਆਂ ਨੇ ਦੋਨੋਂ ਹੱਥਾਂ ਤੋਂ ਪਕੜ ਕੇ ਮੈਨੂੰ ਪਿੱਛੇ ਘੜੀਸਣਾ ਸ਼ੁਰੂ ਕਰਤਾ। ਮੈਂ ਉੱਚੀ ਉੱਚੀ ਸ਼ੋਰ ਪਾਉਣਾ ਸ਼ੁਰੂ ਕਰਤਾ। ਜਦੋਂ ਮੇਰਾ ਸ਼ੋਰ ਪੱਤਰਕਾਰਾਂ ਤੱਕ ਅਤੇ ਬਾਦਲ ਸਾਹਿਬ ਕੋਲ ਪਹੁੰਚਿਆ ਅਤੇ ਫਿਰ ਬਾਦਲ ਸਾਹਿਬ ਨੇ ਕਿਹਾ ਇਹਨਾਂ ਨੂੰ ਆਉਣ ਦਿਓ ਜੀ ਮੇਰੇ ਕੋਲ। ਮੈਂ ਉੱਥੇ ਜਾ ਕੇ ਬਾਦਲ ਸਾਹਿਬ ਨੂੰ ਆਪਣਾ ਦੱਸਿਆ ਵੀ ਇਸ ਤਰ੍ਹਾਂ ਮੇਰੇ ਨਾਲ ਹੋਇਆ ਅਤੇ ਅੱਜ ਤੱਕ ਮੇਰਾ ਕੁਛ ਨਿਆਂ ਨਹੀਂ ਮਿਲਿਆ। ਮੈਨੂੰ ਬਾਦਲ ਸਾਹਿਬ ਦਾ ਜਵਾਬ ਪਤਾ ਕੀ ਸੀ? ਕਹਿੰਦਾ ਤੁਸੀਂ ਆਪਣਾ ਨਾਮ ਦੱਸੋ। ਮੈਂ ਕਿਹਾ ਜੀ ਮੇਰਾ ਨਾਮ ਹਰਵਿੰਦਰ ਸਿੰਘ ਕੋਹਲੀ ਹੈ। ਕਹਿੰਦੇ ਕੋਹਲੀ ਸਾਹਿਬ 30 ਸਾਲ ਹੋ ਗਏ, ਹਜੇ ਵੀ ਤੁਸੀਂ ਇਨਸਾਫ ਮੰਗੀ ਜਾਂਦੇ ਹੋ, ਮੇਰੇ ਕੋਲੋਂ ਇਨਸਾਫ ਮੰਗਦੇ ਪਏ ਹੋ? ਤੁਹਾਡਾ ਜੋ ਵੀ ਕੇਸ ਹੈ ਦਿੱਲੀ 'ਚ ਹੋਇਆ, ਤੁਸੀਂ ਇਨਸਾਫ ਮੰਗਣਾ ਤਾਂ ਉੱਥੇ ਜਾ ਕੇ ਮੰਗੋ। ਅਗਰ ਤੁਹਾਨੂੰ ਕਿਸੇ ਚੀਜ਼ ਦੀ ਮਦਦ ਦੀ ਲੋੜ ਹੈ ਤਾਂ ਉਹ ਮੈਂ ਕਰ ਸਕਦਾ, ਇਨਸਾਫ ਮੇਰੇ ਕੋਲ ਨਹੀਂ ਹੈਗਾ। ਇਨਸਾਫ ਤਾਂ ਤੁਹਾਨੂੰ ਜਿੱਥੇ ਹੋਇਆ ਉੱਥੇ ਹੀ ਮਿਲਣਾ ਹੈ, ਇਹ ਉਹਨਾਂ ਦਾ ਕਹਿਣਾ ਸੀ। ਪੰਜਾਬ ਦੀ ਸਰਕਾਰ ਨੇ ਵੀ, ਇੱਕ ਤਾਂ ਬਰਨਾਲਾ ਸਰਕਾਰ ਆਈ, ਮੈਨੂੰ ਯਾਦ ਆ ਇੱਥੇ ਇੱਕ ਅਜੀਤਗੜ੍ਹ ਜਿਹੜਾ ਜਦੋਂ ਬਨੂੜ ਤੋਂ ਜ਼ੀਰਕਪੁਰ ਨੂੰ ਆਈ ਹੈ ਰਸਤੇ ਦੇ ਵਿੱਚ ਉਹ ਕੱਟਿਆ ਗਿਆ ਸੀਗਾ ਸ਼ਹਿਰ ਕੇ, ਇੱਥੇ 1984 ਦੇ ਵਿੱਚ ਜਿਹੜੇ ਉੱਜੜੇ ਲੋਕ ਨੇ ਜੀ ਉਹਨਾਂ ਨੂੰ ਵਸਾਇਆ ਜਾਣਾ, ਉਹ ਅੱਜ ਵੀ ਉੱਦਾਂ ਹੀ ਪਈ ਹੈ ਜਗ੍ਹਾ। ਹੁਣ ਉਹਦੀ ਕੋਈ ਰੰਗ ਰਿਪੇਅਰ ਹੋ ਰਿਹਾ, ਮੇਰਾ ਖਿਆਲ ਉਹਨੂੰ ਸਰਕਾਰ ਵੇਚੂਗੀ ਕਿਸੇ ਹੋਰ ਨਾਂ ਦੇ ਉੱਤੇ। ਇਸ ਤਰ੍ਹਾਂ ਜੀ ਪਤਾ ਕੀ ਹੈ, ਜਦੋਂ ਜਦੋਂ ਇਲੈਕਸ਼ਨ ਆਉਂਦੇ ਸੀ ਇਹੋ ਜਿਹੇ ਸਕੀਮਾਂ ਅਖਬਾਰਾਂ ਦੇ ਵਿੱਚ ਦੱਸੀਆਂ ਜਾਂਦੀਆਂ ਸੀ, ਇਲੈਕਸ਼ਨ ਖਤਮ ਹੋ ਜਾਂਦੇ ਸੀ ਅਤੇ ਕੁਛ ਨਹੀਂ ਸੀ ਹੁੰਦਾ। ਸਾਨੂੰ ਸਿਰਫ 2 ਟਾਈਮ ਯਾਦ ਕੀਤਾ ਜਾਂਦਾ। ਰੋਸ਼ ਹੈ ਮੇਰਾ, ਇੱਕ ਤਾਂ ਨਵੰਬਰ ਦੇ ਮਹੀਨੇ 'ਚ ਜਦੋਂ ਇਹ 84 ਦੇ ਕਿਲਿੰਗਸ ਦਾ ਡੇ ਮਨਾਉਂਦੇ ਹੈ, ਉਸ ਹਫ਼ਤੇ ਦੇ ਵਿੱਚ ਹਫ਼ਤਾ ਕੁ 1 ਤਰੀਕ ਤੋਂ ਲੈ ਕੇ 5-6 ਤਰੀਕ ਤੱਕ 7 ਤਰੀਕ ਤੱਕ, ਜਾਂ ਜਦੋਂ ਇਲੈਕਸ਼ਨ ਹੁੰਦੇ ਹੈ ਅਤੇ ਤਾਂ ਸਾਡੇ ਨਾਲ ਆਉਂਦੇ ਆ, ਗਲਵਕੜੀਆਂ ਪਾਉਂਦੇ, ਮਿੱਠੇ ਮਿੱਠੇ ਵਾਅਦੇ ਕਰਦੇ ਆ ਅਤੇ ਚਲੇ ਜਾਂਦੇ ਆ। ਔਰ ਇਹ ਰੋਸ਼ ਮੇਰਾ ਚਾਹੇ ਉਹ ਅਕਾਲੀ ਦਲ ਦੀ ਸਰਕਾਰ ਰਹੀ ਹੈ ਉਹਦੇ ਨਾਲ ਵੀ ਹੈ, ਚਾਹੇ ਉਹ ਕਾਂਗਰਸ ਦੀ ਸਰਕਾਰ ਰਹੀ ਹੈ ਉਹਦੇ ਨਾਲ ਹੀ ਹੈ, ਇਹ ਰੋਸ਼ ਮੇਰਾ ਮੀਡੀਆ ਨਾਲ ਵੀ ਹੈ। ਮੀਡੀਆ ਹਰ ਨਵੰਬਰ ਦੇ ਮਹੀਨੇ ਸਾਡਾ ਜਲੂਸ ਕੱਢਦਾ ਜਾਇਜ਼, ਸਿਰਫ 1 ਤਰੀਕ ਤੋਂ 6-7 ਤਰੀਕ ਤੱਕ ਸਾਨੂੰ ਪੁੱਛਿਆ ਜਾਂਦਾ, ਉਸ ਤੋਂ ਬਾਅਦ ਸਾਡੀ ਕੋਈ ਸੁੱਧ ਨਹੀਂ ਲੈਂਦਾ, ਸਾਡਾ ਜਲੂਸ ਹੀ ਕੱਢਿਆ ਜਾਂਦਾ ਹਰ ਸਾਲ। 34 ਸਾਲ ਹੋ ਗਏ ਮੇਰਾ, ਤਾਂ ਘੱਟੋ ਘੱਟ 20-25 ਸਾਲਾਂ ਤੋਂ ਲਗਾਤਾਰ ਜਲੂਸ ਹਰ ਸਾਲ ਕੱਢਿਆ ਜਾਂਦਾ। ਮੇਰਾ ਮੀਡੀਆ ਨਾਲ ਵੀ ਰੋਸ਼ ਹੈ। ਮੀਡੀਆ ਚਾਹੇ, ਮੀਡੀਆ 'ਚ ਇੰਨੀ ਤਾਕਤ ਹੈਗੀ ਹੈ ਕਿ ਮੈਂ ਕਹਿੰਦਾ ਮੇਰੇ ਨਾਲ ਚੱਲੋ, ਪ੍ਰਾਈਮ ਮਿਨਿਸਟਰ ਦੀ ਕੋਠੀ 'ਤੇ ਚੱਲੋ, ਆਹਮਣੇ ਸਾਹਮਣੇ ਬੈਠ ਕੇ ਗੱਲ ਕਰੀਏ ਵੀ ਜਿਹੜੇ ਹਜ਼ਾਰਾਂ ਪਰਿਵਾਰ ਮਾਰੇ ਗਏ, ਸਿਰਫ ਦਿੱਲੀ 'ਚ ਨਹੀਂ ਪੂਰੇ ਇੰਡੀਆ ਦੇ ਵਿੱਚ, ਉਹਨਾਂ ਦੇ ਜਿਹੜੇ ਬੱਚੇ ਹੋਏ ਜੀ ਹੈਗੇ ਆ, ਘੱਟੋ ਘੱਟ ਉਹਨਾਂ ਦੀ ਕੋਈ ਜਸਟਿਸ ਬਾਰੇ ਗੱਲ ਕਰੀਏ, ਉਹਨਾਂ ਦੀ ਕੋਈ ਜੋ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਜਿਹਦੇ ਪੈਸੇ ਨਾਲ ਹੱਲ ਹੋ ਸਕਦੀਆਂ, ਨੌਕਰੀਆਂ ਦੇ ਕੇ ਹੱਲ ਹੋ ਸਕਦੀਆਂ ਜਾਂ ਕਿਸੇ ਹੋਰ ਤਰੀਕੇ ਨਾਲ ਹੋ ਸਕਦੀਆਂ, ਉਹਦੇ ਬਾਰੇ ਗੱਲਬਾਤ ਕਰੀਏ, ਲੇਕਿਨ ਸਿਰਫ ਜਲੂਸ ਕੱਢਣ ਤੋਂ ਇਲਾਵਾ ਕੁਛ ਨਹੀਂ ਹੁੰਦਾ। ਕੋਹਲੀ ਸਾਹਿਬ, ਪ੍ਰਾਈਮ ਮਿਨਿਸਟਰ ਤੱਕ ਵੀ ਕਿਹਨੇ ਪਹੁੰਚਣ ਦੇਣਾ ਉਹ ਤੁਹਾਨੂੰ ਵੀ ਪਤਾ, ਜਿੱਥੇ ਮੁੱਖ ਮੰਤਰੀ ਤੱਕ ਕੋਈ ਨਹੀਂ ਪਹੁੰਚਣ ਦਿੰਦਾ, ਪ੍ਰਾਈਮ ਮਿਨਿਸਟਰ ਤੱਕ ਆਵਾਜ਼ ਜਿਹੜੀ ਹੈ ਜੀ ਉਹ ਕਿੱਥੇ ਜਿਹੜਾ ਜੀ ਜਾਊਗੀ। SIT ਬਣੀ ਸੀ, ਆਪਾਂ SIT ਦੇ ਉੱਤੇ ਵੀ ਗੱਲਬਾਤ ਜਿਹੜੀ ਹੈ ਜੀ ਉਹ ਕਰਦੇ ਹਾਂ ਕਿ ਉਹਨੇ ਕੀ ਕੀਤਾ, ਉਹਨੇ ਹੁਣ ਤੱਕ ਜਿਹੜਾ ਜੀ ਉਹ ਕਿਵੇਂ ਲਿਆਂਦਾ, ਕਿਉਂਕਿ ਤੁਹਾਡੀ ਫਾਈਲ ਵੀ ਉੱਥੇ ਜਿਹੜੀ ਹੈ ਜੀ SIT ਦੇ ਕੋਲ ਰਹੀ ਆ, ਔਰ ਉਹਦੇ ਉੱਤੇ ਵੀ ਆਪਾਂ ਜਿਹੜੀ ਉਹ ਗੱਲਬਾਤ ਕਰਦੇ ਹਾਂ। ਪਰ ਇਸ ਵੇਲੇ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਹੋ ਡੇਰਾ ਬੱਸੀ ਦੇ ਵਿੱਚ, ਔਰ ਕਮ ਸੇ ਕਮ ਇੱਕ ਗੱਲ ਦੀ ਇੰਨੀ ਕੁ ਜਿਹੜੀ ਜੀ ਉਹ ਨਿੱਜੀ ਤੌਰ ਦੇ ਉੱਤੇ ਮੈਨੂੰ ਤਸੱਲੀ ਹੈ ਕਿ ਜਿਹੜੀ ਤੁਸੀਂ ਆਪਣੀ ਰੋਟੀ ਰੋਜ਼ੀ ਜਿਹੜਾ ਤੁਹਾਡੇ ਕੋਲ ਇੱਕ ਆਰਟ ਹੈ ਉਹਦੇ ਰਾਹੀਂ ਤੁਸੀਂ ਕਮਾਉਣੀ ਜਿਹੜੀ। ਮੈਂ ਤੁਹਾਨੂੰ ਦੱਸਦਾ, ਜਿਸ ਦਿਨ ਦਾ 84 ਦੀਆਂ ਕਿਲਿੰਗਸ ਹੋਈਆਂ ਮੈਂ ਕਿਸੇ ਕੋਲੋਂ ਮਦਦ ਨਹੀਂ ਮੰਗੀ, ਸਿਰਫ ਇੱਕ ਸੋਚਿਆ ਜੀ ਮੈਂ ਪਹਿਲੇ 8 ਘੰਟੇ ਕੰਮ ਕਰਕੇ ਰੋਟੀ ਖਾਂਦਾ ਸੀ,
ਹੁਣ ਮੈਂ 16 ਘੰਟੇ ਕੰਮ ਕਰਕੇ ਰੋਟੀ ਖਾਂਦਾ। ਇਹ ਇੱਕ ਸਿੱਖ ਦੀ ਪਛਾਣ ਆ ਜੀ, ਉਹ ਹੱਥ ਨਹੀਂ ਅੜਦਾ ਕਿਸੇ ਮੂਰੇ। ਕੱਲ ਵੀ ਰਾਤੀ ਮੈਂ ਸਵੇਰ 9 ਵਜੇ ਫੈਕਟਰੀ 'ਚ ਵੜਿਆ ਸੀ, ਰਾਤੀ 11 ਵਜੇ ਆਪਣੇ ਘਰ ਵੜਿਆ, ਲੰਚ ਕਰਨ ਵੀ ਮੈਂ ਘਰ ਨਹੀਂ ਜਾਂਦਾ। ਇਹ ਤੁਹਾਡੀ ਆਈਡੈਂਟੀ ਆ? ਹਾਂਜੀ, ਇੱਕ ਸਿੱਖ ਦੀ ਆਈਡੈਂਟੀ ਆ, ਔਰ ਸਾਨੂੰ ਇਸ ਗੱਲ ਦੇ ਉੱਤੇ ਮਾਣ ਹੈ ਜੀ ਕਿ ਤੁਹਾਡੇ ਵਰਗੇ ਲੋਕ ਜਿਹੜੇ ਅੱਜ ਵੀ ਮਿਹਨਤ ਕਸ਼ ਜਿਹੜੇ ਉਹ ਬੈਠੇ, ਔਰ ਇਹੀ ਪਹਿਚਾਣ ਹੈ ਕਿ ਕਿਸੇ ਦੇ ਮੂਹਰੇ ਹੱਥ ਨਹੀਂ ਜਿਹੜਾ ਜੀ ਉਹ ਅੜਦੇ। ਵਾਪਸ ਪਰਤ ਰਹੇ ਹਾਂ ਕੋਹਲੀ ਸਾਹਿਬ ਦੇ ਨਾਲ, ਗੱਲ ਉਹ SIT ਦੀ ਵੀ ਜਿਹੜੀ ਉਹ ਕਰਾਂਗੇ ਕਿ ਕੀ ਨਹੀਂ ਕਰਵਾਇਆ ਜਾ ਸਕਿਆ। ਹੁਣ ਤਾਂ ਫਿਰ ਜਿਹੜੇ 5 ਸਾਲ ਮੁਕੰਮਲ ਕਰਨ ਵੱਲ ਨੂੰ ਜਿਹੜੀ ਉਹ ਕੇਂਦਰ ਦੀ ਸਰਕਾਰ ਵੱਧ ਰਹੀ ਹੈ। ਬਸ ਵਾਪਸ ਪਰਤ ਰਹੇ ਹਾਂ ਕੋਹਲੀ ਸਾਹਿਬ ਦੇ ਨਾਲ ਗੱਲਬਾਤ ਲੈ ਕੇ। ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡਾ ਫਾਇਰ ਲਾਈਨ ਦੇ ਵਿੱਚ। 1984 ਨਵੰਬਰ 1984 ਕਿਸ ਤਰੀਕੇ ਦੇ ਨਾਲ ਯੋਜਨਾਬੱਧ ਹੋਇਆ? 31 ਤਰੀਕ ਨੂੰ ਜਿਹੜੇ ਮਿਸਿਸ ਗਾਂਧੀ ਦੀ ਡੈਥ ਹੁੰਦੀ ਹੈ, ਔਰ 1 ਤਰੀਕ ਤੋਂ ਇਹ ਸ਼ੁਰੂ ਹੁੰਦਾ ਹੈ, ਕਿੰਨੇ ਘੰਟੇ ਉਹਦੇ ਵਿੱਚ ਜਿਹੜਾ ਜੀ ਉਹ ਪਏ, ਉਹਦੇ ਦੌਰਾਨ ਪ੍ਰਪੇਅਰ ਜਿਹੜਾ ਜੀ ਉਹ ਕੀਤਾ ਗਿਆ? ਜਿਵੇਂ ਕੋਹਲੀ ਸਾਹਿਬ ਨੇ ਦੱਸਿਆ ਕਿ ਕਦੋਂ ਉਹ ਜਿਹੜੀਆਂ DTC ਦੀਆਂ ਬੱਸਾਂ ਦੇ ਵਿੱਚ, ਇਹ ਦਿੱਲੀ ਸਰਕਾਰ ਦੀ ਟਰਾਂਸਪੋਰਟ ਹੈ ਜਿਹੜੀ ਬੱਸਾਂ ਦੀ, ਜਿਹਦੇ ਉੱਤੇ ਚੜ੍ਹ ਕੇ ਉਹ ਬੰਦੇ ਆਏ ਔਰ ਸੱਜਣ ਕੁਮਾਰ ਉਹਨਾਂ ਦੀ ਅਗਵਾਈ ਕਰ ਰਿਹਾ ਸੀ, ਇਹ ਕੋਹਲੀ ਸਾਹਿਬ ਉਹਦੇ ਚਸ਼ਮਦੀਦ ਗਵਾਹ ਨੇ। ਇਹ ਮਹਿਜ਼ ਜਸ ਪੰਜਾਬੀ ਦੇ ਉੱਤੇ ਨਹੀਂ ਦੱਸ ਰਹੇ, ਇਹਨਾਂ ਦੀ ਇਹ ਗਵਾਹੀ ਜਿਹੜੀ ਉਹ ਥਾਂ ਥਾਂ ਦੇ ਉੱਤੇ ਦਰਜ ਹੈ। ਕੋਹਲੀ ਸਾਹਿਬ, ਅੱਜ ਜਿਹੜੀ ਕਹਾਣੀ ਆ 34 ਸਾਲ ਤੋਂ ਬਾਅਦ ਜਿਹੜੀ ਇਹ ਤੁਸੀਂ 84 ਦੇ ਗੇੜ 'ਚ ਜਿਹੜੇ ਪਾਏ ਹੋਏ ਹੋ, ਜਿਹੜੇ ਪਰਿਵਾਰ ਜਿਹੜੇ ਵਿਕਟਮਸ ਨੇ, ਤਾਂ 84 'ਚ ਉਹ ਕੁਛ ਵਾਪਰਿਆ ਪਰ ਇਹ 84 ਦਾ ਗੇੜ ਹੈ। SIT ਅਤੇ ਦੂਜੀ ਤੀਜੀ ਅੱਜ ਕਿੱਥੇ ਜਿਹੜਾ ਜੀ ਇਹ ਖੜਾ ਸਾਰਾ ਕੁਛ? ਇਸ ਤਰ੍ਹਾਂ ਕਿ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਬਣੀ ਸੀ ਅਤੇ ਉਹਨਾਂ ਨੇ ਇੱਕ SIT ਡਿਕਲੇਅਰ ਕੀਤੀ ਸੀ। ਉਸ SIT ਦੇ ਵਿੱਚ ਮੇਰਾ ਕੇਸ ਗਿਆ ਸੀ ਔਰ ਫਾਈਲ ਦੇ ਵਿੱਚ ਲੱਗਾ ਸੀ। ਉਸ ਤੋਂ ਕੁਛ ਦਿਨਾਂ ਬਾਅਦ ਜਾਂ ਕੁਛ ਮਹੀਨਿਆਂ ਬਾਅਦ ਉਹ SIT ਦੀਆਂ ਫਾਈਲਾਂ ਸੈਂਟਰ ਦੀ ਸਰਕਾਰ ਚੁੱਕ ਕੇ ਲੈ ਗਈ ਔਰ ਉਸ SIT ਨੂੰ ਉਹਨਾਂ ਨੇ ਭੰਗ ਕਰਕੇ ਆਪਣੀ SIT ਬਣਾ ਦਿੱਤੀ। ਅੱਛਾ। ਔਰ ਆਪਣੀ SIT ਬਣਾਉਣ ਤੋਂ ਬਾਅਦ ਜਿਹੜਾ ਹੈਗਾ ਉਹਦੇ ਵਿੱਚ ਮੇਰੀ ਆਲਰੇਡੀ ਲੱਗੀ ਹੋਈ ਸੀਗੀ, ਫਾਈਲ ਬਣੀ ਹੋਈ ਸੀ ਅਤੇ ਉਸ ਫਾਈਲ 'ਚੋਂ ਫਿਰ SIT ਕੋਲ ਕੇਸ ਗਿਆ। ਕੇਸ ਚੱਲਦਾ ਵੀ ਪਿਆ, ਲੇਕਿਨ ਚੱਲਦਾ ਨਹੀਂ ਪਿਆ, ਰਿੜਦਾ ਪਿਆ, ਰਿੜਦਾ ਵੀ ਨਹੀਂ ਕਹਾਂਗਾ ਮੈਂ, ਕੀੜੀ ਦੀ ਚਾਲ ਚੱਲਦਾ ਪਿਆ। ਥਲਵੀਂ ਕੋਰਟ 'ਚ ਗਏ, ਉਸੇ SIT ਦੀ ਗੱਲ ਆ ਕਿ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਵੀ ਕਿਹਾ ਆ ਕਿ ਇਹਦੇ ਮੈਂਬਰ ਪੂਰੇ ਕਰ ਦਿਓ। ਹਾਂਜੀ ਹਾਂਜੀ, ਮੌਜੂਦਾ ਕੇਂਦਰ ਸਰਕਾਰ ਮੈਂਬਰ ਪੂਰੇ ਹੋਏ, ਮੈਂਬਰ ਵੀ ਪੂਰੇ ਨਹੀਂ ਹੋ ਸਕਦੇ। ਉਹ ਕਰਨਾ ਹੀ ਨਹੀਂ ਚਾਹੁੰਦੇ, ਉਹ ਇਸ ਮਸਲੇ ਨੂੰ ਸੁਲਝਾਉਣਾ ਚਾਹੁੰਦੇ ਹੀ ਨਹੀਂ, ਉਹ ਇਸ ਮਸਲੇ ਨੂੰ ਜ਼ਿੰਦਾ ਰੱਖਣਾ ਚਾਹੁੰਦੇ ਹੈ, ਕਿਉਂਕਿ ਉਸ ਮਸਲੇ ਦੇ ਉੱਤੇ ਉਹ ਸਿਆਸਤ ਕਰਦੇ ਹੈ, ਸਿਆਸਤ ਦੀਆਂ ਰੋਟੀਆਂ ਸੇਕਦੇ ਹੈ ਅਤੇ ਵੋਟਾਂ ਲੈਂਦੇ ਲੋਕਾਂ ਕੋਲੋਂ। ਉਹ ਇਹ ਮਸਲਾ ਉਹਨਾਂ ਨੇ ਇਹੋ ਜਿਹਾ ਬਣਾ ਲਿਆ ਕਿ ਇਹ ਮਸਲਾ ਕਦੀ ਹੱਲ ਕਰਨ ਦੀ ਉਹਨਾਂ ਦੀ ਨੀਅਤ ਹੈ ਹੀ ਨਹੀਂ, ਚਾਹੇ ਉਹ BJP ਸਰਕਾਰ ਹੈ। ਕਾਂਗਰਸ ਨੇ ਤਾਂ ਜ਼ਖਮ ਦਿੱਤੇ, ਉਹਨੇ ਤਾਂ ਉਹਦੇ ਤੋਂ ਤਾਂ ਸਾਨੂੰ ਉਮੀਦ ਹੀ ਨਹੀਂ ਸੀ। ਅਸੀਂ ਪੰਜਾਬ ਦੇ ਚਾਹੇ ਸੀ ਵੀ ਪੰਥਕ ਸਰਕਾਰ ਹੈ ਜੀ, ਅਕਾਲੀ ਸਰਕਾਰ ਹੈ ਜੀ, ਸ਼ਾਇਦ ਕੁਛ ਹੋਏਗਾ। ਉਹਨਾਂ ਨੇ ਵੀ ਕੁਛ ਨਹੀਂ ਹੱਥ ਫੜਿਆ ਸਾਡਾ, ਕਿਸੇ ਵੀ ਤਰ੍ਹਾਂ ਨਾਲ ਨਹੀਂ ਫੜਿਆ। ਔਰ ਹੁਣ 4 ਸਾਲ ਸਾਢੇ 4 ਸਾਲ ਪਹਿਲੇ ਕਾਂਗਰਸ ਦੇ ਹੱਥੋਂ ਛੁੱਟੀ ਗੇਮ ਅਤੇ BJP ਦੇ ਹੱਥ ਆਈ। ਸਾਨੂੰ ਲੱਗਿਆ ਕਿ ਸ਼ਾਇਦ ਇਹ SIT ਇਹਨਾਂ ਨੇ ਆਪਣੇ ਕੋਲ ਲਈ ਹੈ, ਕੁਛ ਹੱਲ ਨਿਕਲੇਗਾ, ਲੇਕਿਨ ਇਹ ਮਸਲਾ ਉੱਥੇ ਦਾ ਉੱਥੇ ਹੀ ਖੜਾ। 34 ਸਾਲ ਪਹਿਲੇ ਜਿੱਥੇ ਸੀ, ਹਜੇ ਤੱਕ ਇਹ ਆਈਡੈਂਟੀਫਾਈ ਨਹੀਂ ਹੋ ਪਾਇਆ ਕਿ ਸੱਜਣ ਕੁਮਾਰ ਉੱਥੇ ਮੌਜੂਦ ਸੀਗਾ, ਜਦਕਿ ਗਵਾਹ ਬੈਠੇ ਆ। ਤੁਹਾਡੀ ਮੇਰਾ ਖਿਆਲ ਆਹਮੋ ਸਾਹਮਣੇ ਬੈਠ ਕੇ ਵੀ SIT ਨੇ ਕਰਾਈ ਹੈ? SIT ਨੇ ਮੇਰੀ ਹੁਣ ਕੋਈ 8-10 ਮਹੀਨੇ ਪਹਿਲੇ ਆਹਮਣੇ ਸਾਹਮਣੇ ਸੱਜਣ ਕੁਮਾਰ ਅਤੇ ਮੈਨੂੰ ਆਹਮਣੇ ਸਾਹਮਣੇ ਬਿਠਾ ਕੇ ਗੱਲਬਾਤ ਹੋਈ। ਉਹਦੇ ਕੋਲੋਂ ਜਿਹੜਾ ਵੀ ਸਵਾਲ ਪੁੱਛਦੇ ਸੀ ਅਤੇ ਉਹ ਇੱਕੋ ਹੀ ਗੱਲ ਕਹਿੰਦਾ ਸੀ, ਮੈਨੂੰ ਯਾਦ ਨਹੀਂ ਜਾਂ ਮੈਂ ਉੱਥੇ ਹੈ ਨਹੀਂ ਸੀ। ਤੀਸਰੀ ਗੱਲ ਉਹ ਕਰਦਾ ਹੀ ਨਹੀਂ ਸੀ। ਫਿਰ ਮੈਂ ਜਿਹੜਾ ਔਫਿਸਰ ਸੀ, ਜਿਹੜਾ ਇਨਵੈਸਟੀਗੇਸ਼ਨ ਔਫਿਸਰ ਸੀ, ਮਿਸਟਰ ਅਨਿਲ ਸੀਗੇ, ਉਹਨਾਂ ਨੂੰ ਮੈਂ ਕਿਹਾ ਵੀ ਮੈਂ 5 ਕੁ ਸਵਾਲ ਕਰਨਾ ਚਾਹੁੰਦਾ, ਅਗਰ ਇਹ ਮੇਰੇ 5 ਸਵਾਲਾਂ ਦਾ ਜਵਾਬ ਦੇ ਦੇਵੇਗਾ ਤਾਂ ਮੈਂ ਕੇਸ ਹੀ ਵਾਪਸ ਲੈ ਲਵਾਂਗਾ। ਮੈਂ ਉਹਦੇ ਨਾਲ ਪਹਿਲਾ ਸਵਾਲ ਕੀਤਾ, ਸੱਜਣ ਕੁਮਾਰ ਜੀ ਤੁਸੀਂ 1 ਨਵੰਬਰ ਨੂੰ ਕਿੱਥੇ ਸੀ? ਕਹਿੰਦੇ ਜੀ ਮੈਂ 1 ਨਵੰਬਰ ਨੂੰ ਜਿੱਥੇ ਇੰਦਰਾ ਗਾਂਧੀ ਦੀ ਬਾਡੀ ਪਈ ਸੀ ਉੱਥੇ ਮੇਰੀ ਡਿਊਟੀ ਲੱਗੀ ਹੋਈ ਸੀ ਅਤੇ ਮੈਂ ਉੱਥੇ ਸੀ। ਮੈਂ ਕਿਹਾ ਤੁਸੀਂ ਉੱਥੇ ਕਿੰਨੇ ਵਜੇ ਚਲੇ ਗਏ ਸੀ? ਕਹਿੰਦੇ ਜੀ ਮੈਂ ਸਵੇਰੇ ਚਲਾ ਗਿਆ ਸੀ। ਮੈਂ ਕਿਹਾ ਸਵੇਰੇ ਤਾਂ 4 ਵਜੇ ਤੋਂ 7 ਵਜੇ ਤੱਕ ਸਵੇਰੇ ਹੁੰਦੀ, ਤੁਸੀਂ ਟਾਈਮ ਦੱਸੋ। ਕਹਿੰਦਾ ਜੀ ਮੈਂ 5:30 ਵਜੇ ਚਲਾ ਗਿਆ ਸੀ। ਮੈਂ ਕਿਹਾ ਮੇਰਾ ਦੂਜਾ ਸਵਾਲ ਹੈ। ਤੀਸਰਾ ਸਵਾਲ ਮੈਨੂੰ ਦੱਸੋ, ਤੁਸੀਂ ਉੱਥੇ ਗਏ ਸੀ, ਤੁਹਾਨੂੰ ਕਿਹੜਾ ਡਰਾਈਵਰ ਲੈ ਕੇ ਗਿਆ ਸੀ, ਉਹਦਾ ਨਾਮ ਦੱਸੋ।
एकदम पहले तो चुप जा आया, फिर कहता जी नहीं जी सवेरे 5 बजे ड्राइवर कितने होंगे जी, मैं अपनी जीप से आप चला के गया सी। मैं क्या मान लिया भी तुसी आप चला के गए सी, मेरा तीजा सवाल है। चौथा सवाल मैं क्या मेरा ये हैगा भाई जे तुसी उत्थे गए सी ते किन्ने घंटे उत्थे रहे, कहंदे जी मैं 20-22 घंटे उत्थे ही रहा। मैं क्या मेरा हुण पंजवां ते लास्ट सवाल है, अगर तुसी सैटिस्फाई मैनू कर दोगे तो मैं अपना केस ही विदड्रा कर लाँगा। मैं क्या जे तुसी सवेरे 5 बजे तो लैके 22 घंटे कहंदे उत्थे सी, तुहाडी कल्लियां दी ते उत्थे ड्यूटी नहीं लगी होनी, तुहाडे नाल 5-7-10-20-50 बंदियां दी ड्यूटी लगी होनी है। तुसी जिहड़े तुहाडे सज्जे पासे 5 बंदे सी उन्हां दा नाम ते दस दिओ, ते जिहड़े तुहाडे खब्बे पासे 5-10 बंदे सीगे। कहिंदा नहीं जी मैनूं तां याद ही नहीं जी। मैं क्या तुहानू यह याद है कि मैं अपनी जीप ते आप चला के गया सी, अन्ने वजे गया सी, अन्ना चिर उत्थे रहा, ते जिहड़े बंदे 20-22 घंटे तुहाडे नाल रहे उन्हां चों कोई भी याद नहीं। नहीं जी मैं याद करूँगा तो आ जाएगा याद, अभी मेरे को कुछ याद नहीं है। एक मिनट हांजी होल्ड रखा जी। सत श्री अकाल जी। सत श्री अकाल जी। ਹਾਂਜੀ 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 ਤੁਸੀਂ ਕਾਈਂਡਲੀ ਟੀਵੀ ਦੀ ਆਵਾਜ਼ ਪਿੱਛੋਂ ਸਲੋ ਕਰਨਾ ਜੀ। ਓਕੇ ਵੀਰ। ਹਾਂਜੀ ਜੀ ਦੱਸੋ ਕੀ ਕਹਿਣਾ ਚਾਹੁੰਦੇ। ਮੈਂ ਬਲਰਾਜ ਸਿੰਘ ਹੁੰਦਲ ਆਪਣੇ ਸੈਕਰਾਮੈਂਟੋ ਤੋਂ ਬੋਲਦਾ। ਪੰਨੂ ਸਾਹਿਬ ਜੀ ਹੁੰਦਲ ਸਾਹਿਬ। ਹਾਂਜੀ ਤੇ ਮੇਰਾ ਇਹ ਸਵਾਲ ਹੈ ਕਿ ਹੁਣ ਤੇ ਕੋਈ ਮੁਸ਼ਕਲ ਹੀ ਨਹੀਂ ਹੋਣੀ ਚਾਹੀਦੀ ਅਕਾਲੀ ਦਲ ਦੀ ਸੈਂਟਰ ਚ ਭਾਜਪਾ ਪਾਰਟੀ ਆ। ਬੀਬੀ ਬਾਦਲ ਉੱਥੇ ਜਿਹੜੀ ਮਨਿਸਟਰ ਆ ਉਹ ਕਿਉਂ ਨੀ ਮਸਲਾ ਹੱਲ ਕਰਦੇ ਜਿਹੜੇ ਸਾਡੇ ਸਿੱਖਾਂ ਦੇ ਮਸਲੇ ਆ। ਜੇ ਉਹਨੂੰ ਪੰਚ ਰਤਨ ਉਸ ਪਰਿਵਾਰ ਨੂੰ ਦਿੱਤਾ, ਉਹਦੇ ਸਹੁਰੇ ਨੇ ਅਕਾਲ ਤਖ਼ਤ ਦੇ ਜਥੇਦਾਰ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਪੰਚ ਰਤਨ ਦਾ ਖਿਤਾਬ ਦਿੱਤਾ ਜੀ, ਤੇ ਕੀ ਬੀਬੀ ਬਾਦਲ ਦਾ ਇਹ ਬਣਦਾ ਨੀ ਫਰਜ਼ ਕਿ ਉਹ ਇਹਨਾਂ ਵੀਰਾਂ ਨੂੰ ਉਹਨਾਂ ਪਰਿਵਾਰਾਂ ਨੂੰ ਜਿਹੜਾ ਇਨਸਾਫ਼ ਦਵਾਏ ਜੋ ਕੁਛ ਉੱਥੇ ਹੋਇਆ, ਜਾਂ ਜੇ ਨਹੀਂ ਇਨਸਾਫ਼ ਦਵਾ ਸਕਦੇ ਅਸਤੀਫ਼ਾ ਦੇ ਕੇ ਪਾਸੇ ਆ ਜਾਵੇ ਕਿ ਇਹ ਸਰਕਾਰ ਮੇਰੀ ਸੁਣਦੀ ਨੀ ਜੀ। ਜੀ ਠੀਕ ਹੈ ਜੀ, ਤੁਹਾਡੀ ਗੱਲ ਜਿਹੜੀ ਉਹ ਪਹੁੰਚ ਗਈ। ਪਰ ਹੁੰਦਲ ਸਾਹਿਬ ਇਹ ਆ ਕਿ ਜੇ ਇਹਨਾਂ ਲੋਕਾਂ ਨੇ ਇਨਸਾਫ਼ ਜਿਹੜਾ ਜੀ ਉਹ ਦਵਾ ਦਿੱਤਾ ਤਾਂ ਫਿਰ ਇਹ ਸਿੰਪਲ ਜੀ ਗੱਲ ਇਹ ਕਰਨਗੇ ਕਿ ਫਿਰ ਅਸੀਂ ਕੱਲ੍ਹ ਨੂੰ ਕੀ ਕਰਾਂਗੇ। ਉਹ ਜਿੱਥੋਂ ਮੈਂ ਸਟਾਰਟ ਕੀਤੀ ਸੀ ਨਾ ਕਿ ਰੋਟੀ ਸਿਆਸਤਦਾਨ ਨੇ ਹਰ ਹਾਲ ਸੇਕਣੀ, ਸਾਡੇ ਹੀ ਪੁੱਤਰ ਵੀਰ ਉਸ ਚੁੱਲ੍ਹੇ 'ਚ ਬਾਲਣੇ। ਜਦੋਂ ਇਹ ਤਾਂ ਚੁੱਲ੍ਹੇ 'ਚ ਬਾਲਣ ਦੇ ਵਾਸਤੇ ਰੱਖੇ ਹੋਏ ਲੋਕ ਨੇ ਨਾ, ਜੇ ਮਸਲੇ ਹੀ ਉਹਨਾਂ ਨੇ ਖਤਮ ਕਰਤੇ ਤਾਂ ਫਿਰ ਪਿੱਛੇ ਰਹਿ ਕੀ ਗਿਆ ਜੀ। ਕੁਲ ਸਾਹਿਬ ਜਿਹੜੇ ਫੂਲਕਾ ਸਾਹਿਬ ਨੇ ਉਹ ਵੀ ਕਾਫੀ ਐਕਟਿਵ ਇਹਦੇ 'ਚ ਰਹਿੰਦੇ ਨੇ। ਇੱਕ ਜਿਹੜਾ ਜੀ ਉਹ ਇਹ ਲੱਗਦਾ ਹੈ ਕਿ ਉਹਨਾਂ ਨੇ ਪ੍ਰੋਪਰ ਜਿਹੜਾ ਜੀ ਕੀਤਾ ਨਹੀਂ। ਪਿਛਲੇ ਦਿਨਾਂ ਦੇ ਵਿੱਚ ਵੀ ਇੱਥੇ ਇੱਕ ਪ੍ਰੈਸ ਕਾਨਫਰੰਸ ਵੀ ਕਰਕੇ ਗਏ ਸੀ ਕੋਈ ਮਿਸਟਰ ਬੱਬਰ ਸੀਗੇ ਸ਼ਾਇਦ। ਕਿੰਨੀ ਕੁ ਸੱਚਾਈ ਹੈ, ਤੁਸੀਂ ਉਹਨਾਂ ਕੇਸਾਂ ਦੇ ਨਾਲ ਵੀ ਇਨ ਟੱਚ ਹੋ ਕਿਤੇ? ਇਸ ਤਰ੍ਹਾਂ ਜੀ ਮੈਂ ਆਪਣੇ ਕੇਸ ਬਾਰੇ ਦੱਸਾਂਗਾ ਕਿ ਫੁਲਕਾ ਸਾਹਿਬ ਪਹਿਲੇ ਦਿਨ ਤੋਂ ਹੀ ਮੇਰਾ ਕੇਸ ਲੜ ਰਹੇ ਹਨ, ਥਲਵੀਆਂ ਅਦਾਲਤਾਂ 'ਚੋਂ ਹਾਈ ਕੋਰਟ ਤੱਕ ਅਤੇ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੱਕ ਹਰ ਪੇਸ਼ੀ 'ਤੇ ਪਹੁੰਚਦੇ ਨੇ। ਇੱਕ ਦੋ ਵਾਰੀ ਮੈਂ ਜਦੋਂ ਪੰਜਾਬ ਤੋਂ ਦਿੱਲੀ ਬੱਸ 'ਤੇ ਆਇਆ, ਮੇਰਾ ਪਰਸ ਕਿਸੇ ਨੇ ਕੱਢ ਲਿਆ ਅਤੇ ਉਹਨਾਂ ਨੇ ਮੈਨੂੰ ਜਾਣ ਦਾ ਕਿਰਾਇਆ ਵੀ ਅਤੇ ਸਾਰਾ ਦਿਨ ਖਾਣਾ ਵੀ ਉਹਨਾਂ ਨੇ ਖਵਾਇਆ। ਇਹ ਗਲਤ ਗੱਲ ਹੈ। ਜਿੰਨੇ ਵੀ ਕੇਸ ਨੇ ਸ਼ੁਰੂਆਤ ਉਹਨਾਂ ਨੇ ਕੀਤੇ ਹੈ ਔਰ ਜਿੱਥੇ ਪਹੁੰਚਦੇ ਪਏ ਪਹੁੰਚ ਰਹੇ ਹੈ। ਹਾਂ ਇਹ ਹੈਗਾ ਕਿ ਉਹ ਸਾਨੂੰ ਆਪਣੇ ਵੱਲੋਂ ਇਨਸਾਫ਼ ਦਿਵਾਉਣਾ ਚਾਹੁੰਦੇ, ਲੇਕਿਨ ਗੌਰਮੈਂਟਾਂ ਜਿਹੜੀਆਂ ਉਹਨਾਂ ਨੂੰ ਬਦਨਾਮ ਕਰਨ 'ਤੇ ਤੁਲੀਆਂ ਹੋਈਆਂ। ਔਰ ਹੁਣ ਜਾ ਕੇ ਸੁਪਰੀਮ ਕੋਰਟ 'ਚ ਜਦੋਂ ਮੇਰਾ ਕੇਸ ਗਿਆ ਹੈਗਾ, ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਤੋਂ ਵੀ ਕੋਈ ਵਕੀਲ, ਮੈਨੂੰ ਨਾਮ ਨਹੀਂ ਪਤਾ, ਉਹ ਵੀ ਆਉਂਦੇ ਹੈਗੇ ਆ ਅਤੇ ਉਹ ਵੀ ਦੇਖ ਰਹੇ ਕਿ ਉਹ ਪਹਿਲੇ ਦਿਨ ਤੋਂ ਲੜ ਰਹੇ ਆ। ਉਹ ਪਹਿਲੇ ਦਿਨ ਤੋਂ ਲੜ ਰਹੇ ਆ ਔਰ ਇੱਥੇ ਤੱਕ ਕਿ ਮੇਰੇ ਜਦੋਂ ਪਰਸ ਚੋਰੀ ਹੋ ਗਿਆ ਆਪਣੇ ਕੋਲ ਉਹਨਾਂ ਨੇ ਪੈਸੇ ਦੇ ਕੇ। ਸਿਸਟਮ ਜਦੋਂ ਅਗੇਂਸਟ ਹੋਵੇ, ਸਰਕਾਰਾਂ ਤੁਹਾਡੇ ਅਗੇਂਸਟ ਹੋਣ, ਟੋਟਲ ਢਾਂਚਾ ਜਿਹੜਾ ਉਹ ਨਾ ਚਾਹੁੰਦਾ ਹੋਵੇ ਕਿ ਇਨਸਾਫ਼ ਮਿਲੇ, ਉਹਦੇ ਵਿੱਚ ਲੜਦੇ ਰਹਿਣਾ ਵੀ ਤਾਂ ਇੱਕ ਬਹੁਤ ਵੱਡੀ ਬਹਾਦਰੀ ਹੈ। ਇਹ ਤੁਹਾਡੀ ਬਹਾਦਰੀ ਹੈ, ਫੂਲਕਾ ਸਾਹਿਬ ਵਰਗੇ ਲੋਕਾਂ ਦੀ ਵੀ ਜਿਹੜੀ ਜੀ ਉਹ ਬਹਾਦਰੀ ਹੈ ਕਿ ਉਹ ਲੋਕ ਲੜ ਰਹੇ ਨੇ, ਕਿਉਂਕਿ ਜਿੱਧਰੋਂ ਪਾਣੀ ਆਉਂਦਾ ਉੱਧਰ ਨੂੰ ਤਰਨਾ ਬੜਾ ਔਖਾ ਹੁੰਦਾ, ਬੜਾ ਔਖਾ, ਇਹ ਬਹੁਤ ਜਿਹੜਾ ਜੀ ਉਹ ਮੁਸ਼ਕਲ ਹੁੰਦਾ ਆ। ਅੱਜ ਜਿਹੜੇ ਇੱਕ ਮੈਂ ਕਿਉਂਕਿ ਉਹਦੀ ਜਾਣਨੀ ਚਾਹੁੰਦਾ, ਕੁਲ ਸਾਹਿਬ ਤੁਸੀਂ ਉਹਦੇ ਵੀ ਜਿਹੜਾ ਜੀ ਵਿਟਨੈਸ ਹੋ, ਜਿਹੜੇ ਡਿੱਗੇ ਛੱਤ ਤੋਂ ਉਹਨਾਂ ਦੀ ਰੋਟੀ ਪਾਣੀ ਦਾ ਇੰਤਜ਼ਾਮ ਹੈ, ਠੀਕ ਹੈ ਉਹ? ਨਹੀਂ ਜੀ ਨਹੀਂ, ਉਹ ਬੈੱਡ ਰਿਡਨ ਹੈਗੇ ਹੈ ਔਰ 34 ਸਾਲ ਹੋ ਗਏ ਅੱਜ। ਹੁਣ ਉਹਨਾਂ ਦਾ ਪਿੱਛੇ ਕਾਰਡ ਬਣਿਆ ਸੀ, ਉਹਨਾਂ ਨੂੰ ਕੁਛ ਉਸ ਕਾਰਡ 'ਤੇ ਮਿਲਿਆ ਹੋਵੇ, ਲੇਕਿਨ ਉਹਨਾਂ ਨੂੰ ਪੈਨਸ਼ਨ ਲੱਗਣੀ ਚਾਹੀਦੀ ਹੈ। ਉਹ ਮੀਆਂ ਬੀਬੀ ਦੋਨੋਂ ਹੈਗੇ ਹੈ, ਇੱਕ ਭਰਾ ਉਹਨਾਂ ਦਾ ਜਿਹੜਾ ਹੈਗਾ ਉਹ ਉਹਨਾਂ ਨੂੰ ਪਾਲ ਪੋਸ ਰਿਹਾ, ਕਿਉਂਕਿ ਬੈੱਡ 'ਤੇ ਪਿਆ ਹੋਇਆ ਬੰਦਾ ਕਿੱਥੋਂ ਪੈਸਾ ਨਹੀਂ
उगरा सकता या लै सकता जिदे नाल अपना घर चलाए। उन्हां दा वड्डा भरा एक हैगा मनजीत सिंह या छोटा है मैनू नहीं पता, उन्हें उन्होंने रखा अज तक उन्हों ना मैडिकल फैसिलिटी मिली है ना पेंशन मिली है तो गोरमेंट को मिले। मैं ज़्यादा किया भी नहीं क्योंकि मैं जो उन्होंने को गया कहते कोहली साहब जदों भी नवंबर का महीना होंगे साड़ी नमैश लगनी शुरू हो जाती है, मैं तो गल ही नहीं करना चाहता इस बारे। बिल्कुल जी, जदों नवंबर का महीना आता है तो नुमाइश लगनी शुरू हो जाती है। ये नुमाइश तुसी देखी है कल भी वक् वक् रिपोर्टां दे विच, वो नुमाइश जिहड़ी 4 नवंबर 2016 नूं जिहड़े मुंबई तो आए डांसर सी उन्हां दे रूप दे विच लग रही सी, पर अज सत्ता नहीं है इस करके नुमाइश दूजी जिहड़ी है जी वो लग रही है। ये नुमाइश खान बुलाए गए सी, बिल्कुल जी शाहरुख खान ईवन हीरोइनां बुलाईआं गईआं सी करोड़ां रुपईए दे के। पर अज मैं तां करके कोहली साहब तों पुछिआ सी कि उह व्यक्ति जिहड़ा छत तों ਡੇਗ ਦਿੱਤਾ ਗਿਆ ਉੱਤੋਂ ਸੁੱਟ ਦਿੱਤਾ ਗਿਆ ਉਹ ਵਿਚਾਰਾ ਅੱਜ ਵੀ ਬੈੱਡ ਰਿਟਨ ਹੈ, ਇੱਕ ਉਹਨਾਂ ਦੇ ਵਿੱਚੋਂ ਜਿਹੜੇ ਜੀ ਉਹ ਦੁਨੀਆ ਤੋਂ ਤੁਰ ਗਏ ਇਨਸਾਫ਼ ਦੀ ਆਸ ਦੇ ਵਿੱਚ। ਇੱਕ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਅਸੀਂ ਕੋਹਲੀ ਸਾਹਿਬ ਤੋਂ ਜਾਣਾਂਗੇ ਭਵਿੱਖ ਦੀ ਜਿਹੜੀ ਉਹ ਪਲੈਨਿੰਗ ਉਹਨਾਂ ਦੀ, ਕਿਉਂਕਿ ਉਹ ਇੰਡੀਵਿਜੁਅਲ ਲੜਾਈ ਬਹੁਤ ਵੱਡੀ ਇੱਕ ਜਿਹੜੀ ਜੀ ਉਹ ਲੜ ਰਹੇ ਆ, ਔਰ ਇਸ ਗੱਲ ਦਾ ਕਮ ਸੇ ਕਮ ਮਾਣ ਹੈ ਕਿ ਇਹੋ ਜਿਹੇ ਲੋਕ ਜਿਹੜੇ ਜੀ ਉਹ ਅਜੇ ਬੈਠੇ ਆ ਜਿਨ੍ਹਾਂ ਦੇ ਵਿੱਚ ਸਪਿਰਿਟ ਹੈ ਕਿ ਲੜਾਂਗੇ ਚਾਹੇ ਕੁਛ ਵੀ ਹੋ ਜਾਵੇ। ਵਾਪਸ ਪਰਤ ਰਹੇ ਜੀ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡਾ ਫਾਇਰ ਲਾਈਨ ਦੇ ਵਿੱਚ। ਐਚ ਐਸ ਕੋਹਲੀ ਸਾਹਿਬ ਸਾਡੇ ਨਾਲ ਮੌਜੂਦ ਨੇ, ਗੱਲਬਾਤ ਜਿਹੜੀ ਜੀ ਉਹ ਕੀਤੀ 1984 ਦੇ ਬਾਰੇ ਦੇ ਵਿੱਚ, 34 ਵਰ੍ਹੇ ਜਿਹੜਾ ਜੀ ਕੋਈ ਛੋਟਾ ਸਮਾਂ ਨਹੀਂ ਹੁੰਦਾ। ਉਸ ਟਾਈਮ ਜੰਮੇ ਜਿਹੜੇ ਲੋਕ ਨੇ ਉਹ ਉਮਰ ਦੇ ਉਸ ਪੜਾਅ ਦੇ ਉੱਤੇ ਨੇ ਜਿੱਥੋਂ ਫਿਰ ਅੱਗੋਂ ਢਲਾਣ ਜਿਹੜੀ ਆ ਉਹ ਸਟਾਰਟ ਹੋਣੀ ਸ਼ੁਰੂ ਹੋ ਜਾਂਦੀ ਹੈ, ਮਤਲਬ ਕਿ ਐਡਾ ਵੱਡਾ ਜਿਹੜਾ ਜੀ ਉਹ ਗੈਪ ਹੈ। ਕਿੰਨਾ ਕੁਛ ਆਇਆ, ਕਿੰਨੀਆਂ ਕਿਤਾਬਾਂ ਇਹਦੇ ਉੱਤੇ ਆਈਆਂ, ਕਿੰਨੀਆਂ ਫਿਲਮਾਂ ਇਹਦੇ ਉੱਤੇ ਆਈਆਂ, ਕੁਛ ਅਸਲੀਅਤ ਤੋਂ ਕੋਹਾਂ ਦੂਰ ਅਤੇ ਬਹੁਤ ਸਾਰੀਆਂ ਅਸਲੀਅਤ ਦੇ ਨੇੜੇ, ਬੜਾ ਕੁਛ ਜਿਹੜਾ ਜੀ ਉਹ ਦੱਸਿਆ ਗਿਆ। ਪਰ ਐਸੇ ਕੰਨ ਬੋਲੇ ਹੋਏ ਕਿ ਉਹਨਾਂ ਤੱਕ ਉਹ ਗੱਲ ਪਹੁੰਚਦੀ ਨਹੀਂ, ਪਹੁੰਚਣ ਦੀ ਉਮੀਦ ਜਿਹੜੀ ਆ ਜੀ ਚਲੋ ਆਸ ਤਾਂ ਜਿਹੜੀ ਉਹ ਰੱਖਣੀ ਚਾਹੀਦੀ ਹੈ, ਕਿਉਂਕਿ ਜਿੰਨੀ ਦੇਰ ਤੱਕ ਕੋਹਲੀ ਸਾਹਿਬ ਵਰਗੇ ਫਾਈਟਰ ਲੋਕ ਜਿਹੜੇ ਬੈਠੇ ਨੇ, ਮੈਨੂੰ ਕਹਿਣ 'ਚ ਹਿਚਕਚਾਹਟ ਨਹੀਂ, ਫੂਲਕਾ ਸਾਹਿਬ ਵਰਗੇ ਲੋਕ ਜਿਹੜੇ ਜੀ ਉਹ ਬੈਠੇ ਨੇ, ਜਿੰਨੀ ਦੇਰ ਇਹ ਲੜਨ ਦੀ ਇੱਛਾ ਸ਼ਕਤੀ ਹੈ ਉਨੀ ਦੇਰ ਤੱਕ ਲੜਾਈ ਜਿਹੜੀ ਉਹ ਜਾਰੀ ਵੀ ਰਹਿਣੀ ਚਾਹੀਦੀ ਹੈ। ਕੋਹਲੀ ਸਾਹਿਬ ਇੱਕ ਤਾਂ ਕਿਉਂਕਿ ਜਿਹੜਾ ਘਰ ਦਾ ਆਪਣਾ ਸਾਰਾ ਉਹਨੂੰ ਤੁਸੀਂ ਸੰਭਾਲਣਾ, ਬਿਜ਼ਨਸ ਚਲਾਉਣਾ, ਪਰਿਵਾਰ ਦੀ ਦੇਖਭਾਲ ਜਿਹੜੀ ਉਹ ਕਰਨੀ, ਉਸ ਤੋਂ ਬਾਅਦ ਜਿਹੜੀ ਹੈ ਕਿਉਂਕਿ ਅਦਾਲਤੀ ਲੜਾਈ ਬਹੁਤ ਲੰਬੀ ਹੈ ਜਿੰਨੀ ਤੁਸੀਂ ਜਿਹੜੀ ਉਹ ਲੜ ਰਹੇ ਹੋ, ਅੱਗੋਂ ਕੁਛ ਕਿਉਂਕਿ ਮੈਨੂੰ ਪਤਾ ਕਿ ਨਿਰਾਸ਼ਾ ਉਹਦੇ ਵਿੱਚ ਬਹੁਤ ਹੈ, ਬਹੁਤ ਵੱਡੀ ਨਿਰਾਸ਼ਾ ਹੈ, ਪਰ ਫਿਰ ਵੀ ਸੁਪਰੀਮ ਕੋਰਟ ਤੱਕ ਇਹ ਲੜਾਈ ਲੈ ਜਾਣੀ ਕੋਈ ਛੋਟੀ ਮੋਟੀ ਗੱਲ ਨਹੀਂ ਗੀ। ਮੈਂ ਸਮਝਦਾ ਤੁਸੀਂ ਬਹੁਤ ਸਾਰੇ ਪੜਾਅ ਜਿਹੜੇ ਉਹ ਲੜਾਈ ਦੇ ਜਿੱਤੇ ਹੋਏ ਨੇ ਇੱਕ ਟਾਈਪ ਦੇ ਨਾਲ, ਕਿਉਂਕਿ ਤੁਸੀਂ ਇੱਕ ਸਿੰਬਲ ਹੋ, ਜਿਹੜੇ ਲੋਕ ਕਹਿੰਦੇ ਆ ਕਿ ਇੱਥੇ ਹੋਣਾ ਕੁਛ ਨਹੀਂ ਗਾ, ਕੁਛ ਨਹੀਂ ਬਣਨਾ, ਅੱਜ ਵੀ ਤੁਸੀਂ ਉਹ ਲੜ ਰਹੇ ਹੋ। ਅੱਗੋਂ ਕੋਈ ਇਸ ਤਰ੍ਹਾਂ ਦੀ ਜਿਹੜੀ ਪਲੈਨਿੰਗ ਹੋਵੇ ਜਿਹਦੇ ਵਿੱਚ ਐਡੀ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਅੱਜ ਜਿਹੜਾ ਸਿੱਖ ਭਾਈਚਾਰਾ ਬਹੁਤ ਵੱਡੀ ਗਿਣਤੀ 'ਚ ਵਿਦੇਸ਼ਾਂ 'ਚ ਬੈਠਾ, ਔਰ ਜਦੋਂ ਉਹ ਕਿਸੇ ਗੱਲ ਨੂੰ ਚੁੱਕਦਾ ਹੈ, ਕਿਸੇ ਗੱਲ ਕਰਦਾ, ਤਾਂ ਉਹਦਾ ਖੜਕਾ ਇੱਥੇ ਹੁੰਦਾ ਉਸ ਵੇਲੇ। ਔਰ ਇਹ ਜਿਹੜੀਆਂ ਸਰਕਾਰਾਂ ਨੇ ਇਹ ਡਰਦੀਆਂ ਵੀ ਨੇ ਇਸ ਗੱਲ ਤੋਂ ਵੀ ਉਹਨਾਂ ਲੋਕਾਂ 'ਚ ਕਿਤੇ ਜਿਹੜੀ ਉਹ ਗੱਲ ਨਾ ਚੱਲ ਜਾਵੇ। ਕੁਛ ਪਲੈਨਿੰਗ ਕੋਈ ਇਸ ਤਰ੍ਹਾਂ ਦੀ ਹੋਵੇ ਕਿ ਕਿੱਥੋਂ ਤੱਕ ਤੁਸੀਂ ਲੜੋਗੇ, ਕੀ ਉਹ ਜਿਹੜਾ ਜੀ ਕਰੋਗੇ? ਇਸ ਤਰ੍ਹਾਂ ਜੇ ਕਿ ਜਦ ਤੱਕ ਮੇਰੇ ਆਖਰੀ ਸਾਹ ਹੈ ਤਾਂ ਤੱਕ ਮੈਂ ਜਸਟਿਸ ਦਾ ਡੋਰ ਖਟਖਟਾਉਂਦਾ ਰਹਾਂਗਾ। ਲੇਕਿਨ ਅਗਰ ਮੈਨੂੰ ਜਸਟਿਸ ਨਹੀਂ ਮਿਲੇਗਾ ਤਾਂ ਮੈਂ ਸਿੱਧੇ ਹੱਥੀ ਜਾਂ ਪੁੱਠੇ ਹੱਥੀ ਜਸਟਿਸ ਲੈਣ ਦੀ ਕੋਸ਼ਿਸ਼ ਕਰਾਂਗਾ, ਉਹਦੇ ਵਾਸਤੇ ਭਾਵੇਂ ਮੈਂ ਮਰ ਮਿੱਟੀ ਹੋ ਜਾਵਾਂ। ਕਿਉਂ ਕਿ ਮੈਂ ਉਸ ਦੇਸ਼ 'ਚ ਰਹਿੰਦਾ ਜਿਹਦਾ ਨਾਮ ਪ੍ਰਜਾਤੰਤਰ ਕਹਿੰਦੇ, ਪ੍ਰਜਾਤੰਤਰ ਹੈ, ਲੋਕਤੰਤਰ ਹੈ, ਉੱਥੇ ਛੋਟੇ ਅਤੇ ਵੱਡੇ ਵਾਸਤੇ ਇੱਕੋ ਹੀ ਕਾਨੂੰਨ ਹੈ, ਲੇਕਿਨ ਕਾਨੂੰਨ ਇੱਕੋ ਨਹੀਂ ਹੈ। ਇੰਦਰਾ ਗਾਂਧੀ ਮਰਦੀ ਹੈ, 1.5 ਸਾਲ ਦੇ ਵਿੱਚ ਉਹਨੂੰ ਇਨਸਾਫ਼ ਮਿਲ ਜਾਂਦਾ। ਇੱਕ ਕਾਲਾ ਹਿਰਨ ਮਰਦਾ, ਉਹਨੂੰ ਵੀ ਇਨਸਾਫ਼ ਮਿਲ ਜਾਂਦਾ। ਅਤੇ ਇੱਕ ਘੱਟ ਗਿਣਤੀ ਸਿੱਖ, ਘੱਟ ਗਿਣਤੀ ਹੈ, ਉਹਨਾਂ ਵਾਸਤੇ ਕਾਨੂੰਨ ਅਲੱਗ ਹੈ, ਗਰੀਬਾਂ ਵਾਸਤੇ ਕਾਨੂੰਨ ਅਲੱਗ ਹੈ, ਅਮੀਰਾਂ ਵਾਸਤੇ ਕਾਨੂੰਨ ਅਲੱਗ ਹੈ। ਅਗਰ ਲੀਡਰ ਨੂੰ ਕੁਛ ਹੁੰਦਾ ਤਾਂ ਕਾਨੂੰਨ ਉਹਦਾ ਸਾਥ ਦਿੰਦਾ, ਔਰ ਜਦੋਂ ਇੱਕ ਆਮ ਬੰਦੇ ਨੂੰ ਕੁਛ ਹੁੰਦਾ ਤਾਂ ਕਾਨੂੰਨ ਜਿਹੜਾ ਉਹ ਅੱਖਾਂ ਬੰਦ ਕਰ ਲੈਂਦਾ। ਪੱਟੀ ਤਾਂ ਵੱਜੀ ਹੋਈ ਹੈ ਲੇਕਿਨ ਹੋਰ ਕੁੱਟ ਲੈਂਦਾ, ਉਹਦਾ ਪੱਲੜਾ ਇੱਕੋ ਪਾਸੇ ਚੁੱਕ ਜਾਂਦਾ, ਦੂਜੇ ਪਾਸੇ ਵਾਸਤੇ ਕੁਛ ਨਹੀਂ ਹੁੰਦਾ। ਸੋ ਦੇਖੋ,
मेरे फादर ने तो वापस आना नहीं, मेरे जीजा जी ने तो वापस आना नहीं, और जेड़े मर चुके उन्होंने इंसाफ से उठ के मंगना नहीं। इंसाफ से जेड़े असी इस दुनिया के विच हैगे आ उन्होंने ही लेना, सारा कुछ चिट्टे दिन ही होया, लेकिन ना सरकारां साडे नाल खड़िया हुई हैं, ना लीडर साडे नाल खड़े हुए, ना जत्थेबंदियां साडे नाल खड़िया हुई हैं। मैं गुरद्वारा प्रबंधक कमेटी अमृतसर भी जाके जस्टिस वास्ते मेरा साथ देने की गल की, कुछ नहीं होया। मैं दिल्ली सरना भरावां दे कोल जाके भी गल की, वो कहंदे जी असीं तुहाडे नाल धरने ते भी नहीं बैठ सकते, कुछ नहीं होया। असी कहने असी सिख हाँ, सिख हाँ, सिख ही रहांगे। और साडे गुरु गोबिंद सिंह ने भी कहा जुलम ते जालम इन्हां दा नूं सहणा नहीं। कुल साहब कोई एक तो पहली गल जो मैं क्या सी कि तुसी जुझारू हो, कोई एडी गल नहीं, तुसी लड़ रहे हो, बहुत वड्डी लड़ाई लड़ रहे हो, और दुनिया दे विच बैठे इंसाफ पसंद लोग जिहड़े आ जी ਉਹ ਤੁਹਾਡੇ ਵੱਲ ਨੂੰ ਦੇਖ ਰਹੇ ਆ ਕਿਤੇ ਨਾ ਕਿਤੇ ਕਿ ਤੁਸੀਂ ਹਜੇ ਦੇਖੋ ਸਭ ਕੁਝ ਚਿੱਟੇ ਦੀ ਨਹੀਂ ਹੋਇਆ ਲੇਕਿਨ ਚੜ੍ਹਦੇ ਸੂਰਜ ਦੇ ਵਿੱਚ ਹੋਇਆ ਇਨਸਾਫ ਪਸੰਦ ਲੋਕ ਸਾਡੇ ਨਾਲ ਕਿਉਂ ਨਹੀਂ ਖੜੇ ਹੁੰਦੇ ਖੜੇ ਕਿਉਂ ਨਹੀਂ ਤੁਰਦੇ ਕੋਲੀ ਸਾਹਿਬ ਖੜੇ ਨੇ ਜਿਹੜੀ ਦੇਖੋ ਹਰ ਬੰਦਾ ਲੀਡਰ ਨੀਗਾ ਹਰ ਬੰਦਾ ਮੂਹਰੇ ਹੋ ਕੇ ਲੜਾਈ ਨਹੀਂ ਲੜ ਸਕਦਾ ਤੁਸੀਂ ਲੜ ਰਹੇ ਹੋ ਤੁਹਾਡੇ ਪਿੱਛੇ ਇੱਕ ਬਹੁਤ ਵੱਡਾ ਕਾਫਲਾ ਖੜਾ ਉਹ ਸਾਇਲੈਂਟ ਹੈ ਪਰ ਹਾਂ ਇਹਨਾਂ ਜ਼ਰੂਰ ਹੈ ਕਿ ਉਹਨਾਂ ਦੀ ਚੁੱਪ ਕਦੋਂ ਟੁੱਟੂਗੀ ਇਹ ਬਹੁਤ ਵੱਡਾ ਜਿਹੜਾ ਬਸ ਇਹ ਮੈਂ ਚਾਹੁੰਦਾ ਵੀ ਚੁੱਪ ਚੁੱਪ ਟੁੱਟੂਗੀ ਟੁੱਟਣੀ ਚਾਹੀਦੀ ਹੈ ਦੇਖੋ ਜ਼ੁਲਮ ਤੇ ਜ਼ਾਲਮ ਨੂੰ ਸਿੱਖ ਨੇ ਕਦੇ ਨਹੀਂ ਛੱਡਿਆ ਬਿਲਕੁਲ ਬੜੀ ਔਰ ਅਸੀਂ ਸਿੱਖ ਹਾਂ ਸਰਦਾਰ ਹਾਂ ਜੀ ਬਿਲਕੁਲ ਬਸ ਇੱਥੇ ਤੁਸੀਂ ਜਿਹੜਾ ਜੀ ਉਹ ਐਂਡ ਕਰ ਦਿੱਤਾ ਇਹ ਤੋਂ ਉੱਪਰ ਜਿਹੜਾ ਜੀ ਕੋਈ ਹੋਰ ਜਵਾਬ ਨਹੀਂ ਗਾ ਅਸੀਂ ਤੁਹਾਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਿਲਕੁਲ ਨਾ ਸੋਚਣਾ ਕਿ ਨੁਮਾਇਸ਼ ਲਾਉਣ ਦੇ ਤੌਰ ਦਿੱਤੇ ਜਾਂਦਾ ਅਸੀਂ ਦਿਲੋਂ ਜਿਹੜਾ ਜੀ ਉਹਨਾਂ ਲੋਕਾਂ ਦੇ ਨਾਲ ਖੜੇ ਹਾਂ ਜਿੱਥੇ ਤੁਸੀਂ ਚਾਹੋ ਉਸ ਜਗ੍ਹਾ ਦੇ ਉੱਤੇ ਅਸੀਂ ਖੜੇ ਜਿਹੜਾ ਸਰ ਨਵੰਬਰ ਦੇ ਮਹੀਨੇ ਤੋਂ ਬਾਅਦ ਵੀ ਸਾਨੂੰ ਜ਼ਰੂਰੀ ਹੈ ਬਿਲਕੁਲ ਬਹੁਤ ਸਿਰਫ ਨਵੰਬਰ ਹੀ ਨਵੰਬਰ ਨਹੀਂ ਹੈਗਾ ਪੂਰਾ ਸਾਲ ਹੈਗਾ ਉਹਦੇ 'ਚ ਵਿਸਾਖੀ ਵੀ ਇਹ ਹਰ ਚੀਜ਼ ਹੈ ਉਦੋਂ ਇਹ ਯਾਦ ਹੋਣੇ ਚਾਹੀਦੇ ਲੋਕ ਯਾਦ ਬਹੁਤ ਮਿਹਰਬਾਨੀ ਧੰਨਵਾਦ ਜੀ ਤੁਹਾਡਾ HS ਕੋਹਲੀ ਸਾਹਿਬ ਖੁਦ ਵਿਕਟਮ ਨੇ ਜੀ 1984 ਦੇ ਦੋ ਪਰਿਵਾਰ ਦੇ ਮੈਂਬਰ ਉਹਨਾਂ ਦੇ ਇਹਦੀ ਭੇਟ ਚੜ੍ਹੇ ਇਸ ਸਿਆਸਤ ਦੀ ਗੰਦੀ ਸਿਆਸਤ ਦੀ ਪਰ ਕਿ ਮੇਰੇ ਮਿੱਤਰ ਜੋ ਇਸ ਆਸ 'ਤੇ ਮਰ ਗਏ ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਝ ਨਾ ਕਿਹਾ ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ ਇਸ ਤਰ੍ਹਾਂ ਨਾ ਹੋਵੇ ਕਿ ਅਸੀਂ ਚੁੱਪ ਕਰ ਜਾਈਏ ਕਿ ਇੰਨੇ ਸਾਲ ਜਿਹੜੇ ਉਹ ਬੀਤ ਗਏ ਕੋਹਲੀ ਸਾਹਿਬ ਨੇ ਜਾਣਿਆ ਜਾਂਦਾ ਜਿਹੜੀ ਗੱਲ ਕਹੀ ਹੈ ਉਹ ਇੱਕ ਬਰਛੀ ਵਰਗੀ ਹੈ ਕਿ ਲਗਾਤਾਰ ਬੋਲਦੇ ਰਹਿਣਾ ਸਮੂਹ ਦੁਨੀਆ 'ਚ ਬੈਠੇ ਇਨਸਾਫ ਪਸੰਦ ਲੋਕ ਜਿੰਨੇ ਵੀ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਉਹਨਾਂ ਅੱਗੇ ਇੱਕੋ ਹੀ ਜਿਹੜੀ ਦੀ ਬੇਨਤੀ ਹੈ ਕਿ ਇਹਦੇ ਵਾਸਤੇ ਬੋਲਦੇ ਰਹਿਣਾ ਉਦੋਂ ਤੱਕ ਜਦੋਂ ਤੱਕ ਇਨਸਾਫ ਮਿਲ ਨਹੀਂ ਜਾਂਦਾ ਔਰ ਬੋਲਦੇ ਰਹਾਂਗੇ ਜੇ ਕਿਸੇ ਨੂੰ ਇਹ ਵਹਿਮ ਹੋਵੇ ਕਿ 34 ਸਾਲ ਦਾ ਕੱਲ੍ਹ ਨੂੰ 5 ਸਾਲਾਂ ਬਾਅਦ 10 ਸਾਲਾਂ ਬਾਅਦ ਇਹ ਚੁੱਪ ਕਰ ਜਾਣਗੇ ਅਸੀਂ ਸਮੇਂ ਦੇ ਉੱਤੇ ਬਿਆਨ ਬਦਲਣ ਵਾਲੇ ਲੋਕਾਂ ਦੇ ਵਿੱਚੋਂ ਨਹੀਂ ਕਿ ਅੱਜ ਆਹ ਠੀਕ ਲੱਗ ਰਿਹਾ ਅੱਜ ਕਬੱਡੀ ਕਰਾ ਲਓ ਅੱਜ ਜਿਹੜੇ ਡਾਂਸ ਕਰਾ ਲਓ ਫਿਰ ਉਦੋਂ ਬਾਅਦ ਕਾਲੀਆਂ ਝੰਡੀਆਂ ਜਿਹੜੀਆਂ ਜੀ ਉਹ ਲੈ ਕੇ ਤੁਰਪੋ ਲਗਾਤਾਰ ਬੋਲੇ ਹਾਂ ਲਗਾਤਾਰ ਬੋਲਦੇ ਰਹਾਂਗੇ ਮੇਰੀ ਤੁਹਾਡੀ ਮੁਲਾਕਾਤ ਅਗਲੇ ਹਫ਼ਤੇ ਇੱਕ ਹੋਰ ਸ਼ਖਸੀਅਤ ਦੇ ਨਾਲ ਹੋਊਗੀ ਤਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ